ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਾਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਪ੍ਰਬੰਧਕ ਵੀਰਾਂ ਦੇ ਦੱਸਣ ਮੁਤਾਬਕ ਤੁਸੀਂ ਹਰ ਸਾਲ ਇਹ ਸਾਲਾਨਾ ਗੁਰਮਤਿ ਸਮਾਗਮ ਕਰਦੇ ਹੋ। 2-4 ਮਿੰਟਾਂ ਦੇ ਵਿੱਚ ਗੁਰਮਤਿ ਕੀ ਹੈ ਇਹਦੀ ਵਿਆਖਿਆ ਕਰਾਂ ਔਰ ਇਹਦੇ ਤੋਂ ਬਾਅਦ ਅੱਜ ਇੱਕ ਬੜਾ ਮਹਾਨ ਗੁਰਪੁਰਬ ਹੈ ਉਹਦੀ ਵਿਆਖਿਆ ਤੁਹਾਡੇ ਨਾਲ ਸਾਂਝੀ ਕਰਾਂਗਾ। ਅੱਜ ਉਹ ਪਰਬ ਹੈ ਜਿਹਦੇ ਨਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ। ਇਹ ਗੁਰੂ ਕਿਵੇਂ ਬਣੇ, 10 ਗੁਰੂ ਸਾਹਿਬਾਨਾਂ ਨੇ ਬਾਣੀ ਨੂੰ ਗੁਰੂ ਕਿਵੇਂ ਮੰਨਿਆ, ਇਸ ਪੱਖ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨ ਦੇ ਯਤਨ ਕਰਨਾ। ਗੁਰਮਤਿ ਕੀ ਹੈ, ਅਸੀਂ ਸੁਖਮਨੀ ਸਾਹਿਬ ਵਿੱਚ ਇੱਕ ਸਲੋਕ ਪੜ੍ਹਦੇ ਹਾਂ, ਨਿਰਗੁਣ ਆਰ ਅਨਿਆ ਸੋ ਪ੍ਰਭ ਸਦਾ ਸਮਾਲ। ਉਹ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰਨਾ ਕਰ, ਕਿਉਂ ਜਿਨ ਦੀਆ ਤੇ ਚੀਤ ਰੱਖ ਨਾਨਕ ਨਿਭਹੀ ਨਾਲ। ਜਿਸ ਵਾਹਿਗੁਰੂ ਨੇ ਤੈਨੂੰ ਇੰਨਾ ਕੁਛ ਦਿੱਤਾ ਹੈ ਔਰ ਉਹ ਤੇਰੇ ਨਾਲ ਨਿਭੇਗਾ ਉਹਨੂੰ ਚੇਤੇ ਕਰਨਾ ਕਰ। ਰਮਈਆ ਕੇ ਗੁਣ ਚੇਤ ਪ੍ਰਾਣੀ ਕਮਨ ਮੂਲ ਤੇ ਕਮਨ ਦਸਤਾਨੀ, ਜਿਨ ਤੂੰ ਸਾਸ ਸਵਾਰ ਸਿਗਾਰਿਆ ਗਰਭ ਅਗਰ ਮੈਂ ਜਿਨੇ ਉਬਾਰਿਆ ਬਾਰ ਬਸਤਾ ਤੁਝੇ ਪਿਆਰੇ ਦੂਧ ਪਰ ਜੋਬਨ ਜਵਾਨੀ ਦੇ ਮੌਕੇ ਉਹਨੇ ਦੁੱਧ ਇਤਿਆਦਿ ਤੁਹਾਨੂੰ ਪਦਾਰ ਦਿੱਤੇ। ਇਹ ਕੇਵਲ ਤੇ ਕੇਵਲ ਮੈਂ ਭੂਮਿਕਾ ਦੇ ਰੂਪ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਹੈ। ਉਹਨੂੰ ਚੇਤੇ ਕਰਨਾ ਕਿਉਂ ਹੈ, ਕਿਉਂਕਿ ਅੱਜ ਦਾ ਜ਼ਮਾਨਾ ਕੋਈ ਵੀ ਕੰਮ ਕਰੀਏ ਤੇ ਕਹਿੰਦੇ ਕਿਉਂ। ਮੈਂ ਕਿਉਂ ਦਾ ਜਵਾਬ ਦੇਣ ਲੱਗਾ ਹੈ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਵਾਰਾਂ ਦੇ ਵਿੱਚ ਪੌੜੀ ਲਿਖੀ ਹੈ, ਉਹ ਕਹਿੰਦੇ ਚੋਰ ਗਿਆ ਕਰ ਸ਼ਾਹ ਦੇ ਕਰ ਅੰਦਰ ਵੜਿਆ, ਕੱਛਾਂ ਕੂਨੇ ਭਾਲ ਦਾ ਚੁਬਾਰੇ ਚੜਿਆ, ਸੋਇਨਾ ਰੂਪਾ ਪੰਡ ਬਣ ਤੇ ਅੱਗੇ ਖੜਿਆ, ਲੋਭ ਲਹਿਰ ਹਲਕਾਇਆ ਲੂਣ ਭਾਂਡਾ ਖੜੇ ਫੜਿਆ, ਲੈ ਕੇ ਚੁੱਖ ਚੱਖਿਆ ਤਿਸ ਕੱਖ ਨਾ ਖੜਿਆ, ਲੂਣ ਹਰਾਮੀ ਗੁਨਾਹਗਾਰ ਤਰ ਧੰਬੜ ਧੜਿਆ। ਇਹ ਪੌੜੀ ਹੈ ਭਾਈ ਗੁਰਦਾਸ ਦੀ। ਇਹਦੇ ਅਰਥ ਇਹ ਨੇ
ਚੋਰ ਆਪਣੇ ਧੰਦੇ ਦੇ ਮੁਤਾਬਕ ਇੱਕ ਅਮੀਰ ਦੇ ਕਰ ਗਿਆ। ਭਾਈ ਸਾਹਿਬ ਦੇ ਕਹਿਣ ਦੇ ਮੁਤਾਬਕ ਉਹ ਰਾਜਾ ਸ਼ਾਹੂਕਾਰ ਹੈ। ਉਹਨੂੰ ਪ੍ਰਤੀਤ ਹੋਇਆ ਵੀ ਸਾਰਾ ਮਾਲ ਮਤਾ ਚੁਬਾਰੇ ਵਿੱਚ ਹੈ। ਭਾਈ ਗੁਰਦਾਸ ਕਹਿੰਦੇ ਨੇ ਸੋਇਨਾ ਰੋਪਾ ਪੰਡ ਬੰਨ ਅਗਲਾਈ ਅੜਿਆ, ਜਿਹੜਾ ਉਹਨੂੰ ਕੀਮਤੀ ਪਦਾਰਥ ਮਿਲੇ ਉਹਦੀ ਪੰਡ ਬੰਨ ਲਈ। ਭੁੱਖ ਇੱਕ ਬੜਾ ਪ੍ਰਬਲ ਰੋਗ ਹੈ, ਉਸ ਭੁੱਖ ਦੇ ਮੁਤਾਬਕ ਸੱਜੇ ਖੱਬੇ ਹੱਥ ਮਾਰਿਆ ਕਿ ਮੈਨੂੰ ਕੁਝ ਮਿਲ ਜਾਵੇ, ਪਰ ਦਿਸਿਆ ਨਹੀਂ, ਹਨੇਰਾ ਹੈ। ਉਹਨੂੰ ਕੋਈ ਭਾਂਡਾ ਮਿਲਿਆ ਤੇ ਭਾਂਡੇ ਵਿੱਚ ਹੱਥ ਮਾਰ ਕੇ ਜਦੋਂ ਉਹਨੇ ਮੂੰਹ 'ਚ ਪਾਇਆ ਨਾ ਤੇ ਸੀ ਉਹ ਚੋਰ ਨੂੰ ਲੂਣ ਖਾਧਾ ਹੈ ਤੇ ਆਪਣੇ ਆਪ ਨੂੰ ਲਾਹਨਤ ਪਾ ਕਹਿਣ ਲੱਗਾ, ਮਿੱਤਰਾ ਤੂੰ ਲੂਣ ਖਾਧਾ ਤੇ ਤੈਨੂੰ ਇੱਥੋਂ ਸੋਨਾ ਨਹੀਂ ਚੁੱਕਣਾ ਚਾਹੀਦਾ, ਤੂੰ ਲੂਣ ਹਰਾਮੀ ਬਣ ਜਾਏਗਾ। ਇਹ ਮੈਂ ਪੌੜੀ ਰਾਹਵੇਂ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਗੁਰਮਤ ਦੀ। ਬੰਦਾ ਉਹ ਪੇਸ਼ੇ ਤੋਂ ਚੋਰ ਹੈ, ਉਹਦਾ ਧੰਦਾ ਚੋਰੀ ਕਰਨਾ ਹੈ, ਲੇਕਿਨ ਭੋਰਾ ਕਿ ਜਿੰਨਾ ਲੂਣ ਖਾ ਕਰਕੇ ਉਹਨੇ ਸੋਨੇ ਦਾ ਚਾਂਦੀ ਦਾ ਲਾਲਚ ਨਹੀਂ ਕੀਤਾ ਤੇ ਕਹਿਣ ਲੱਗਾ ਮੈਂ ਨਿਮਕ ਹਰਾਮੀ ਨਹੀਂ ਬਣਨਾ, ਹੈ ਉਹ ਚੋਰ। ਭੁਲੇਖੇ ਨਾਲ ਲੂਣ ਜਮਾਨ ਤੇ ਲੱਗਾ ਤੇ ਕਹਿਣ ਲੱਗਾ ਮੈਂ ਨਿਮਕ ਹਰਾਮੀ ਨਹੀਂ ਬਣਨਾ, ਆਪਾਂ ਮਣਾ ਮੂੰਹ ਕਰਤਾਰ ਦਾ ਲੂਣ ਖਾਧਾ ਤੇ ਦਾਲ ਲੱਗੀ, ਆਪਾਂ ਲਿਹਾਜ਼ ਹੀ ਨਹੀਂ ਕਰਦੇ, ਸਾਡੇ ਨਾਲ ਚੋਰ ਚੰਗਾ। ਜਿਹਨੇ ਇੱਕ ਰੰਚਕ ਮਾਤਰ ਲੂਣ ਆਪਣੀ ਜਵਾਨ ਤੇ ਰੱਖਿਆ, ਜਾਣ ਕੇ ਨਹੀਂ, ਭੁਲੇਖੇ ਨਾਲ ਜਵਾਨ ਤੇ ਲੂਣ ਰੱਖਿਆ, ਮਾਲ ਮੱਤਾ ਉਹਨੇ ਪੰਡ ਬੰਨ ਲਿਆ। ਭਾਈ ਗੁਰਦਾਸ ਦੇ ਕਹਿਣ ਮੁਤਾਬਕ ਸੋਨਾ ਰੋਪਾ, ਰੋਪਾ ਕਹਿੰਦੇ ਨੇ ਚਾਂਦੀ ਨੂੰ, ਸੋਨਾ ਤੇ ਚਾਂਦੀ ਜਿੰਨਾ ਕੁ ਮਿਲਿਆ ਉਹਨੇ ਪੰਡ ਬੰਨ ਲਈ, ਲੇਕਿਨ ਜਵਾਨ ਤੇ ਰੂਣ ਲੱਖਣ ਕਰਕੇ ਕਹਿਣ ਲੱਗਾ ਮੈਂ ਲੂਣ ਹਰਾਮੀ ਨਹੀਂ ਬਣਨਾ, ਉਹਨੇ ਸਾਰਾ ਕੁਛ ਛੱਡ ਦਿੱਤਾ। ਮੈਂ ਆਰੰਭ ਸ਼ਲੋਕ ਪੜ੍ਹਿਆ ਸੀ, ਨਿਰਗੁਣ ਆਰ ਆਨਿਆ ਸੋ ਪ੍ਰਭ ਸਦਾ ਸਮਾਲ, ਜਿਨ ਦੀਆ ਤੇ ਚੀਤ ਰੱਖ ਨਾਨਕ ਨਿਭੀ ਨਾਲ। ਹੇ ਗੁਣਾ ਤੋਂ ਰਹਿਤ ਮਨੁੱਖ, ਜਿਸ ਵਾਹਿਗੁਰੂ ਨੇ ਤੈਨੂੰ ਇੰਨਾ ਕੁਛ ਬਖਸ਼ਿਆ ਹੈ ਕਿਤੇ ਉਹਦਾ ਸ਼ੁਕਰਾਨਾ ਵੀ ਕਰ ਛੱਡਿਆ ਕਰ, ਉਹਦਾ ਧੰਨਵਾਦ ਵੀ ਕਰ ਛੱਡਿਆ ਕਰ। ਉਹ ਕੌਣ ਹੈ ਜਿਸ ਗੁਰੂ ਨੇ ਆਖਿਆ ਪੰਥ ਵਸੇ ਮੈਂ ਉੱਡਣਾ, ਮਨ ਚਾਓ ਹਨੇਰਾ, ਵਾਹ ਵਾਹ ਗੋਬਿੰਦ ਸਿੰਘ ਵਾਹ ਜਿਗਰਾ ਤੇਰਾ। ਜਿਸ ਗੁਰੂ ਨੇ ਸਾਡੇ ਲਈ ਇੰਨਾ ਕੁਝ ਕੀਤਾ, ਆਪਾਂ ਉਹਦਾ ਖਾ ਕਰਕੇ ਸ਼ੁਕਰਾਨਾ ਨਹੀਂ ਕਰਦੇ ਤੇ ਗੁਰਮੁਖੋ ਆਪਾਂ ਲੂਣ ਹਰਾਮ ਹਾਂ। ਸਾਨੂੰ ਪਰਮਾਤਮਾ ਨਾਲ ਜੋੜਨ ਲਈ ਗੁਰੂ ਨੇ ਕੀ ਕੀਤਾ, ਮੈਂ ਅੱਜ ਦੇ ਗੁਰਪੁਰਬ ਬਾਰੇ ਕਵਾਂ। ਸਾਡੇ 10 ਗੁਰੂ ਸਾਹਿਬਾਨਾਂ ਨੇ ਸਾਨੂੰ ਗੁਰਬਾਣੀ ਨਾਲ ਜੋੜਿਆ, ਦੇਹ ਨਾਲ ਨਹੀਂ। ਅੱਜ ਮੈਂ ਦੁਪਹਿਰੇ ਵੀ ਕਿਸੇ ਸਮਾਗਮ ਤੇ ਗਿਆ, ਬਰਨਾਲਾ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਵਿੱਚ, ਮੈਂ ਪਿੱਛੋਂ ਦੀ ਹੋ ਕੇ ਮੱਥਾ ਟੇਕਿਆ, ਸਾਹਮਣੇ ਨਹੀਂ, ਕਿਉਂ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਅੱਗੇ ਫੋਟੋਆਂ ਪਈਆਂ ਸਨ। ਜਿਹੜਾ ਗੁਰੂ ਦਾ ਸਿੱਖ ਹੈ ਨਾ, ਉਹ ਨਮਸਕਾਰ ਕੇਵਲ ਤੇ ਕੇਵਲ ਸ਼ਬਦ ਨੂੰ ਕਰੇਗਾ, ਗੁਰਬਾਣੀ ਨੂੰ ਕਰੇਗਾ, ਫੋਟੋਆਂ ਨੂੰ ਨਹੀਂ। ਸਾਡੇ ਕਨਵਾਂ ਟਿੰਡ ਚੜਿਆ ਚੱਲਿਆ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਘਰ ਵਿੱਚ ਫੋਟੋ ਲਾ ਕੇ ਉਹਨੂੰ ਧੂਫ ਦਿੰਦੇ ਨੇ ਧੂਫ। ਕਈ ਬਾਬੇ ਦੀਪ ਸਿੰਘ ਦੀ ਫੋਟੋ ਨੂੰ ਪੂਜਣ ਲੱਗ ਪਏ ਨੇ। ਅਸੀਂ ਗੁਰੂ ਕੇ ਸਿੱਖ ਹਾਂ, ਸਾਨੂੰ ਕੇਵਲ ਤੇ ਕੇਵਲ ਹਦਾਇਤ ਹੈ ਸਿੱਖਾ, ਸ਼ਬਦ ਗੁਰਪੀਰਾ ਗੈਰ ਗੰਭੀਰਾ, ਬਿਨ ਸ਼ਬਦੇ ਜਗ ਬਰਾਨੰਦ। ਸ਼ਬਦ ਹੀ ਗੁਰੂ ਹੈ, ਸ਼ਬਦ ਹੀ ਪੀਰ ਹੈ, ਤੇ ਸ਼ਬਦ ਦੇ ਨਾਲ ਟੁੱਟ ਕਰਕੇ ਸੰਸਾਰ ਬੌਰਾ ਹੋਇਆ ਫਿਰਦਾ, ਕਮਲਾ ਹੋਇਆ ਫਿਰਦਾ। ਸਾਡੇ ਸਮਾਜ ਵਿੱਚ ਇੱਕ ਰਵਾਇਤ ਸੀ ਪੁਰਾਣੇ ਜ਼ਮਾਨੇ 'ਚ, ਅੱਜ ਉਹ ਨਹੀਂ ਰਹੀ। ਜਦੋਂ ਵੀ ਕਿਸੇ ਨੂੰ ਕੋਈ ਬੰਦਾ ਮਿਲਦਾ ਤੇ ਪਹਿਲਾ ਸਵਾਲ ਹੁੰਦਾ ਸੀ, ਭਾਈ ਤੇਰਾ ਗੁਰੂ ਕੌਣ ਹੈ? ਜਿਵੇਂ ਆਪਾਂ ਮਿਲਦੇ ਨੇ ਵੀ ਭਾਈ ਸਾਹਿਬ ਬੱਚੇ ਕੀ ਕਰਦੇ ਨੇ,
ਪਰਿਵਾਰ ਸੈੱਟ ਹੈ ਕਿ ਨਹੀਂ, ਆਪਾਂ ਜਿਵੇਂ ਦੁਨੀਆਂਦਾਰ ਲੋਕ ਕਰਦੇ ਹਾਂ ਨਾ। ਸਾਡੇ ਹਿੰਦੁਸਤਾਨ ਦੀ ਪੁਰਾਣੀ ਪਰੰਪਰਾ ਸੀ ਕਿ ਜਦੋਂ ਵੀ ਕੋਈ ਕਿਸੇ ਨੂੰ ਮਿਲਦਾ ਤਾਂ ਪਹਿਲਾ ਸਵਾਲ ਹੁੰਦਾ ਸੀ ਤੁਹਾਡਾ ਗੁਰੂ ਕੌਣ ਹੈ। ਗੁਰੂ ਕੀ ਬਾਣੀ ਵੀ ਤਾਂ ਇੱਥੋਂ ਤੱਕ ਲਿਖਿਆ, ਨਗੋਰੇ ਕਾ ਹੈ ਨੌ ਬੁਰਾ। ਨਗੋਰੇ ਦੇ ਘਰੋਂ ਖਾਣਾ, ਨਗੋਰੇ ਦੇ ਘਰੋਂ ਪੀਣਾ ਦੂਣ ਦੀ ਗੱਲ ਹੈ। ਨਗੋਰੇ ਦਾ ਨਾਂ ਲੈਣਾ ਵੀ ਗੁਨਾਹ ਹੈ। ਸਾਡੇ ਕੋਲ ਬਹੁਤ ਵੱਡੀ ਉਦਾਹਰਨ ਹੈ। ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਬੜੇ ਅਮੀਰ ਸਨ, ਬੜੇ ਧਾਰਮਿਕ ਸਨ। ਇਹ ਗੁਰਮੁਖੋ ਇੱਕ ਵੇਰਾ ਨਹੀਂ ਕਈ ਵੇਰਾਂ ਗੰਗਾ 'ਤੇ ਗਏ, ਕਿਸੇ ਪ੍ਰੇਮ ਮਹਾਤਮਾ ਨਾਲ ਪ੍ਰੇਮ ਪੈ ਗਿਆ ਅਤੇ ਬਾਬਾ ਅਮਰਦਾਸ ਕਹਿਣ ਲੱਗੇ ਜੀ ਕਿਰਪਾ ਕਰੋ ਮੇਰੇ ਕੋਲ ਚੱਲੋ ਅਤੇ ਮੈਂ ਤੁਹਾਡੀ ਸੇਵਾ ਕਰਾਂ। ਇਹ ਗੁਰਤਾਗਤੀ ਤੋਂ ਪਹਿਲਾਂ ਦੀ ਗੱਲਾਂ ਨੇ। ਇਹਨਾਂ ਦਾ ਸੁਭਾਅ ਵੇਖ ਕਰਕੇ ਉਹ ਬ੍ਰਹਮਚਾਰੀ ਇਹਨਾਂ ਦੇ ਨਗਰ ਆ ਗਿਆ, ਘਰ ਆਇਆ, ਪ੍ਰਸ਼ਾਦਾ ਪਾਣੀ ਛਕਿਆ ਅਤੇ ਸਵਾਲ ਕੀਤਾ, ਪੁਰਖੋ ਤੁਸੀਂ ਤੁਹਾਡਾ ਗੁਰੂ ਕੌਣ ਹੈ? ਬਾਬਾ ਅਮਰਦਾਸ ਕਹਿਣ ਲੱਗੇ ਮੈਂ ਤਾਂ ਗੁਰੂ ਧਾਰਨ ਹੀ ਨਹੀਂ ਕੀਤਾ। ਉੱਥੇ ਲੈ ਕੇ ਬ੍ਰਹਮਚਾਰੀ ਨੇ ਥਾਲੀ ਵਗਾ ਕੇ ਮਾਰੀ ਅਤੇ ਕਹਿਣ ਲੱਗੇ ਮੇਰਾ ਧਰਮ ਭ੍ਰਿਸ਼ਟ ਹੋ ਗਿਆ, ਮੈਂ ਨਗੁਰੇ ਦੇ ਘਰੋਂ ਰੋਟੀ ਖਾਧੀ ਹੈ ਅਤੇ ਸਾਨੂੰ ਤਾਂ ਕਿਤੇ ਚੰਗਾ ਬਾਲ ਮਤਾ ਮਿਲ ਜਾਏ ਨਾ, ਅਤੇ ਗੁਰਮੁਖ ਸ਼ਲੋਕ ਵੀ ਨਹੀਂ ਪੜ੍ਹਦੇ, ਹੱਥ ਵੀ ਨਹੀਂ ਧੋਂਦੇ। ਅਸੀਂ ਇਹ ਸਮਝਦੇ ਵੀ ਸ਼ਾਇਦ ਪਤਾ ਨਹੀਂ ਮੁੜ ਕੇ ਮਟਰ ਪਨੀਰ ਮਿਲਣਾ ਕਿ ਨਹੀਂ ਮਿਲਣਾ, ਜਿਹਨੂੰ ਕਈ ਖਾਂਦੇ ਤਾਂ ਬਹਿ ਕੇ ਨਾ ਤੇਰੀ ਭੁੱਖ ਨਿਕਲ ਜਾਏ। ਰਹਿਤ ਨਾਮੇ 'ਚ ਲਿਖਿਆ ਜੈ ਤੈ ਕਾ ਜੀਵੇ ਪ੍ਰਸ਼ਾਦ, ਮੇਰਾ ਸਿੱਖ ਨਹੀਂ ਆ ਚੁਗਾਦ। ਇਵੇਂ ਹਰ ਥਾਂ ਤੋਂ ਨਾ ਖਾ, ਗੁਰਮੁਖਾ ਮਾੜਾ ਖਾਵੇਗਾ ਬੁੱਧੀ ਭ੍ਰਿਸ਼ਟ ਹੋ ਜਾਏਗੀ, ਹਰ ਥਾਂ ਤੋਂ ਨਾ ਖਾ। ਉਸ ਬ੍ਰਹਮਚਾਰੀ ਨੇ ਥਾਲੀ ਵਗਾ ਕੇ ਮਾਰੀ, ਮੈਂ ਨਗੋਰੇ ਦੇ ਘਰੋਂ ਅੰਨ ਖਾਧਾ ਅਤੇ ਬਾਬੇ ਅਮਰਦਾਸ ਦੇ ਅੰਦਰ ਖਿੱਚ ਪੈਦਾ ਹੋ ਗਈ ਕਿ ਮੈਂ ਹੁਣ ਗੁਰੂ ਧਾਰਨ ਕਰਾਂ। ਸਿੱਧਾ ਨੇ ਸਵਾਲ ਕੀਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੁਹਾਡਾ ਗੁਰੂ ਕੌਣ ਹੈ? ਆਪਾਂ ਸਿੱਧ ਗੋਸ਼ਟ ਬਾਣੀ ਪੜ੍ਹਦੇ ਹਾਂ, ਉੱਥੇ ਸ਼ਬਦ ਆਉਂਦਾ ਕਵਨ ਗੁਰੂ ਕਿਸਕਾ ਤੂੰ ਚੇਲਾ, ਬਾਣੀ ਦਾ ਨਾਮ ਹੈ ਸਿੱਧ ਗੋਸ਼ਟ। ਇਹਦੇ ਆਮ ਕਰਕੇ ਦੇਸੀ ਅਰਥ ਕਰਾਂਗੇ, ਪਿੱਤਰ ਸਿੱਧਾਂ ਦੇ ਨਾਲ ਗੁਰਦੇਵ ਦਾ ਤਬਾਦਲੇ ਖਿਆਲਾਤ ਵਿਚਾਰ ਵਟਾਂਦਰਾ। ਕਵਨ ਗੁਰੂ ਕਿਸਕਾ ਤੂੰ ਚੇਲਾ ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਾਡਾ ਗੁਰੂ ਕੇਵਲ ਅਤੇ ਕੇਵਲ ਸ਼ਬਦ ਹੈ। ਤੁਹਾਡੇ ਇਲਾਕੇ 'ਚ ਮੈਂ ਆਮ ਆਉਣਾ ਜਾਂਦਾ ਅਤੇ ਸਾਈਆਂ ਦਾ ਕਾਫੀ ਜ਼ੋਰ ਹੈ, ਜਿਨ੍ਹਾਂ ਨੂੰ ਉਹ ਇਨਡੈਕਟ ਥੋੜ੍ਹਾ ਜਿਹਾ ਪੈਸਿਆਂ ਦਾ ਲਾਲ ਦਿੰਦੇ ਨੇ, ਉਸ ਪਾਸੇ ਜਾਣ ਕੇ ਗੱਲ 'ਚ ਕਰਾਸ ਪਾ ਕੇ ਅਤੇ ਮੁੜ ਕੇ ਸਾਈ ਬਣ ਜਾਂਦੇ ਨੇ। ਬੜੇ ਲੋਕ ਜਾਂਦੇ ਨੇ ਤਿਲਕਣਬਾੜੀ 'ਚ, ਉਹਨਾਂ ਦੀ ਕਿਤੇ ਧਰਮ ਪੁਸਤਕ ਪੜ੍ਹਿਆ ਜੇ ਬਾਈਬਲ, ਮੈਂ ਸਾਰਾ ਉਹਨਾਂ ਦਾ ਕੋਰਸ ਕੀਤਾ ਬਕਾਇਦਾ ਪੜ੍ਹਿਆ ਹੈ। ਬਾਈਬਲ ਦੀ ਪਹਿਲੀ ਪੰਕਤੀ ਹੈ, ਤੁਹਾਨੂੰ ਥੱਲਣ ਦੀ ਲੋੜ ਨਹੀਂ ਪੇਜ, ਬਾਈਬਲ ਦੀ ਪਹਿਲੀ ਪੰਕਤੀ 'ਚ ਦੁਨੀਆਂ ਵਿੱਚ ਕੁਝ ਨਹੀਂ ਸੀ, ਉਦੋਂ ਕੇਵਲ ਅਤੇ ਕੇਵਲ ਸ਼ਬਦ ਸੀ ਅਤੇ ਸ਼ਬਦ ਹੀ ਪਰਮਾਤਮਾ ਹੈ। ਜਦੋਂ ਦੁਨੀਆਂ ਵਿੱਚ ਕੁਝ ਨਹੀਂ ਸੀ ਨਾ, ਉਦੋਂ ਕੇਵਲ ਅਤੇ ਕੇਵਲ ਸ਼ਬਦ ਸੀ ਅਤੇ ਸ਼ਬਦ ਹੀ ਪਰਮਾਤਮਾ ਹੈ। ਇੱਥੇ ਫਿਰ ਅਸੀਂ ਆਣ ਕੇ ਉਲਝ ਜਾਂਦੇ ਹਾਂ ਵੀ ਗਿਆਨੀ ਜੀ ਫਲਾਨਾ ਬਾਬਾ ਵੀ ਸ਼ਬਦ ਹੀ ਦਿੰਦਾ ਨਾ, ਆ ਜਿਵੇਂ ਕੰਨਾ ਮਨਾ ਕਰਦੇ ਨੇ, ਕੰਨਾ ਮਨਾ ਕਰਦੇ ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ, ਅੱਗੇ ਕੱਖ ਵੀ ਨਹੀਂ ਅਤੇ ਝੁੱਡੂਆਂ ਦੇ ਝੁੱਡੂ ਤੁਰੀ ਜਾਂਦੇ ਨੇ। ਫਿਰ ਇਹ ਵੀ ਕਹਿੰਦੇ ਜਿਹੜਾ ਮੰਤਰ ਮੈਂ ਤੈਨੂੰ ਦੱਸਿਆ ਨਾ, ਜੇ ਕਿਸੇ ਨੂੰ ਦੱਸਿਆ ਤਾਂ ਕੋੜ ਹੋ ਜਾਏਗਾ, ਉਹਨੂੰ ਪੁੱਛੋ ਵੀ ਜੇ ਤੈਨੂੰ ਨਹੀਂ ਹੋਇਆ ਤਾਂ ਮੈਨੂੰ ਕਿਵੇਂ ਹੋਵੇਗਾ, ਤੂੰ ਵੀ ਕਹਿੰਦਾ ਬੇੜਾ ਗਰਕ ਕੀਤਾ ਹੀ ਹੈ ਨਾ। ਦਰ ਅਸਲ ਇਹ ਦੁਕਾਨਾਂ ਤਾਂ ਚੱਲਦੀਆਂ ਨਾ, ਆਪਾਂ ਵੇਹ ਨੇ ਜਿਹੜੀ ਬਲੈਕ ਦਾ ਮਾਲ ਹੁੰਦਾ ਚੋਰੀ ਦਾ ਮਾਲ, ਉਹ ਲੁਕਾ ਕੇ ਰੱਖੀਦਾ ਅਤੇ ਜਿਹੜਾ ਮਾਲ ਚੋਰੀ ਦਾ ਨੇ ਭਾਵੇਂ ਬਾਹਰ ਪਿਆਰੇ ਉਹਨੂੰ ਡਰ ਕਾਹਦਾ। ਜਿਹੜਾ ਮੰਤਰ ਚੋਰੀ ਚੋਰੀ ਦਿੰਦੇ ਨੇ ਨਾ, ਹੇਰਾ ਫੇਰੀ ਦਾ ਮਾਲ ਹੈ। ਅਸੀਂ ਅੰਮ੍ਰਿਤ ਛਕਿਆ, ਮੈਂ 16 ਸਾਲ ਅੰਮ੍ਰਿਤ ਛਕਾਉਣ ਦੀ ਡਿਊਟੀ ਦਿੱਤੀ ਟਕਸਾਲ ਵਿੱਚ, ਜੇ ਬਹੁਤੀ ਸੰਗਤ ਹੋਵੇ ਤਾਂ ਅਸੀਂ ਸਪੀਕਰ ਲਾ ਕੇ ਉਹਨਾਂ ਨੂੰ ਮੂਲ ਮੰਤਰ ਅਤੇ ਗੁਰਮੰਤਰ ਦ੍ਰਿੜ ਕਰਾਉਣੇ ਸਨ। ਜੇ ਸੰਗਤ ਜ਼ਿਆਦਾ ਹੋਵੇ
क्योंकि बाणी च लिखिया कबीर सुपने हु बरराए के जे मुख निकसे राम देई किसकी वापरी पुत्र होएगो ग्राम। परमात्मा दे नाम विच इन्नी ताकत है, इन्ना बल, इन्नी सत्या है, जान बुझ के तां कि सुपने दे विच ही बंदा वाहगुरु कह दे ते जिन्ने वाहगुरु कहा उन्हें पुत्र होना, वह नगर भी पुत्र हो जाएगा। परमात्मा दे नाम विच इन्नी बरकत है ते बाबा कबीर दी बाणी विच शब्द दर्ज है। शब्द केड़ा है? आपां पढ़िया ना शब्द गुरु सुरत तुन चेला। इहदा जवाब एक अंग्रेज ने दिता जो उहदा नाम टाइन भी है। वह कहिंदा दुनिया के लोगो जदों संसार विच कुछ ना रहा उदों गुरु ग्रंथ सच्चे पातशाह रहणगे। साढ़े तो साई बनी जाते ने ना, साइयां दे विचों एक विद्वान आल्डर टाइन भी उहदा नाम है। वह दुनिया के लोगों नूं कहिंदा भलियो जदों संसार विच कुछ ना रहा उदों गुरु ग्रंथ सच्चे पातशाह रहणगे ते इन्हां दे नाल जुड़ो। उन्हूं पुछया भलिया पुरशा तू क्रिश्चन है ते गल कहना भी संसार च रहा कख ना ते गुरु ग्रंथ सच्चे पातशाह रहणगे किवें रहणगे, तेरी विचार ही नहीं चलती, तेरी दलील च वजन ही है नहीं। नाले तू कहना रहा कख ना, नाले तू कहना गुरु ग्रंथ सच्चे पातशाह रहणगे। वह कहिंदा गुरमुखो दुनिया के तमाम दाने धार्मिक लोग एक राय ने, एक उन्हां दी सारयां दी एक राय है। वह राय कहड़ी है? ट्रुथ इज यूनीवर्सल, अंग्रेजी च जिहदा पंजाबी च अनुवाद है सच्चाई सदीवी है। ते जे सच्चाई सदीवी है ते गुरु ग्रंथ सच्चे पातशाह की ने आदि सच, जुगाद सच, है भी सच, नानको सी भी सच। गुरु ग्रंथ सच्चे पातशाह की पावन बाणी विच सच की व्याख्या है, किसी बंदे की वड्याई नहीं। मेरे गुरु नानक पातशाह कहते सिद्धो असी शब्द नूं ही गुरु मनना कीता, असी किसी बंदे दे चेले नहीं। इहदे नाल मैं अपनी ड्यूटी के मुताबिक तुहानूं बेनती करां, मैं थां थां ते करना, पता नहीं की गल है साढ़े ते प्रचार का उल्टा असर क्यों हुंदा है। जे साढ़े परिवार की कोई बेबे चढ़ाई कर गए तो वह भावें पानी तो त्यों ही मर गई है ना, फोटो ऐन सवार के लाउण के महाराज के अगे रखे भोग वाले दिन ते फोटो इउं बढ़ा के लाउणगे भी जिवें पता नहीं जैतो दे मोर्चे भी शहीद हुई है। मर गई सारे पिंड दी चुगलियां कर दी, बापू मर गया ढाई बोतलां लाण पी गए, रात नूं पानी मंगिया ते न्याणियां ने पुछिया नहीं, कहण लगा तां इहदा काम ही हो रोजाना दा, गला हो गया खुशक। दिन चढ़दे नूं बापू जी सचखंड पहुंच गए, सचखंड नहीं माफ करना सुरग नूं, सचखंड की गाहक तो बहुत घटते ना। आ किसी का कार्ड वेखो किसी पक्खे ते लिखिया ते कहणगे सुरगवासी। मेरे नाल मेरा साथी आया है, ये मैनू तकरीबन पुछदा रहिंदा विज्ञानी जी मैं तुहाडे नाल कुदरती मेरी ड्यूटी लगी तो माड़ा मोटा मेरे पल्ले भी पाया करो, जे तुसीं ढिले मट्ठे ते 15 मिनट मैं ला लिया करांगा। ये मैनू कहिंदा विज्ञानी जी लोग सुरगवासी क्यों लिखवाउंदे रहे? मैं कहा भी गुरमुखा सचखंड वसे निरंकार, इन्हां लोगों ने निरंकार तो की लैना है? मैं पढ़िया कुरान, मैं पढ़े ने शास्त्र, ते सुरगां च लिखा भी अंगूरां दी शराब मिलती ते नाले भंगड़ा पाउण नूं थां मिलदा है, सचखंड च लोगों की लैना है? आ किसदा बापू भरेगा ना ऐन सवार के कार लिखणगे सुरगवासी फलाने का पोतरा फलाना सिंह। जे गुरद्वारे नूं पक्खा दिता तो सुरगवासी, जे अरदास कराई तो सुरगवासी। उहदा कारण की कि बापू जिउंदा भी भंगड़े पाउंदा ते लाण पीता, सचखंड च उहनूं की मिलना है? उहनूं पीण लई चाहीदी, नाल सुरगां विच पैग मिलदे ने ते मिलदी भी कहिंदे अंगूरां दी है। इत्थे तां तुकड़े आ ने कक्कर दे ते दसो भी जिहनूं कक्कर दी थां ते अंगूरां दे गुच्छे मिलण उहने सुरग नूं जाणा, उहने सचखंड तों लैणा की है? रब दा वास्ता जी, असीं गुरू के सिख हां, गुरू ग्रंथ सच्चे पातशाह दे अगे ना सुरगवासी बापू की फोटो रखिया करो ते ना सुरगवासी बेबे की फोटो रखिया करो।
ਅਸੀਂ ਗੁਰੂ ਦੇ ਸਿੱਖ ਹਾਂ, ਅਸੀਂ ਫੋਟੋਆਂ ਦੇ ਸਿੱਖ ਨਹੀਂ, ਅਸੀਂ ਬੰਦਿਆਂ ਦੇ ਸਿੱਖ ਨਹੀਂ। ਸਾਡੇ ਗੁਰੂ ਨੇ ਸਾਨੂੰ ਕੇਵਲ ਤੇ ਕੇਵਲ ਸ਼ਬਦ ਨੂੰ ਜੋੜਿਆ ਤੇ ਸ਼ਬਦ ਸਦੀਵੀ ਹੈ। ਦੂਸਰਾ ਜਾਮਾ ਬਦਲਿਆ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮੇਰੇ ਮਾਲਕ ਗੁਰਤਾ ਗੱਦੀ ਤੇ ਸਵਾਇਮਾਨ ਹੋਏ ਤੇ ਭਾਈ ਗੁਰਦਾਸ ਕਹਿੰਦੇ ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਮਤ ਪ੍ਰਚਾਰ ਖਡੂਰ ਸਾਹਿਬ ਤੋਂ ਆਰੰਭ ਕਰ ਦਿੱਤਾ। ਉਹਨਾਂ ਬਾਰੇ ਭੱਟਾਂ ਵੀਰਾਂ ਨੇ ਲਿਖਿਆ ਕਹਿੰਦੇ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸੈਰ ਤਿੰਨ ਸ਼ਬਦ ਸੁਰਤ ਕੀ ਨੀਂਹ ਵਿਖਾਈ। ਕਹਿੰਦੇ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਨਾਮ ਨੂੰ ਜਾਣਨਾ ਕੀਤਾ ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਅਵਿਦਿਆ ਦੀ ਕਾਲਖ ਨਹੀਂ। ਨਿਰੰਜਨ ਦਾ ਅਰਥ ਹੁੰਦਾ ਹੈ ਕਾਲਖ ਤੋਂ ਰਹਿਤ, ਅੰਜਰ ਕਹਿੰਦੇ ਨੇ ਕਾਲਖ ਨੂੰ। ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਪਰਿਪੂਰਨ ਪਰਮਾਤਮਾ ਦਾ ਨਾਮ ਜਿਹਦੇ ਵਿੱਚ ਅਵਿਦਿਆ ਦੀ ਕਾਲਖ ਨਹੀਂ ਉਹਨੂੰ ਜਾਣਨਾ ਕੀਤਾ, ਸਮਝਣਾ ਕੀਤਾ ਤੇ ਸ਼ਬਦ ਨਾਲ ਸੁਰਤੀ ਨੂੰ ਜੋੜਨ ਦਾ ਢੰਗ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਦੱਸਿਆ। ਇੱਥੇ ਇੱਕ ਮੈਂ ਕੌਮਨ ਜੀ ਗੱਲ ਕਰਨ ਲੱਗਾ, ਅਸੀਂ ਜਦੋਂ ਜਾਂਦੇ ਨਾ ਸੱਜੇ ਖੱਬੇ ਤੇ ਜਿਹੜੇ ਗੁਰਮੁਖ ਪਿਆਰੇ ਬਾਣੀ ਪੜ੍ਹਨ ਦੇ ਚਾਹਵਾਨ ਨੇ ਪ੍ਰੇਮੀ ਜਨ, ਸਾਨੂੰ ਬੀਬੀਆਂ ਵੀ ਮਿਲਦੀਆਂ ਨੇ, ਵੀਰ ਵੀ ਮਿਲਦੇ ਤੇ ਕਹਿੰਦੇ ਗਿਆਨੀ ਜੀ ਬਾਣੀ ਬੜੀ ਪੜ੍ਹੀ ਦੀ ਪਰ ਮਨ ਨਹੀਂ ਜੁੜਦਾ। ਇਹ ਸਾਡਾ ਆਮ ਸਾਰਿਆਂ ਦੀ ਸਮੱਸਿਆ ਹੈ ਵੀ ਤੁਸੀਂ ਕਹਿੰਦੇ ਬਾਣੀ ਪੜ੍ਹਿਆ ਕਰੋ, ਬਾਣੀ ਪੜ੍ਹਦੇ ਹਾਂ ਪਰ ਗਿਆਨੀ ਜੀ ਮਨ ਨਹੀਂ ਜੇ ਲੱਗਦਾ, ਕੀ ਕਰੀਏ। ਇਹਦਾ ਜਵਾਬ ਗੁਰਮੁਖੋਂ ਮੈਂ ਆਪਣੇ ਕੋਲੋਂ ਨਹੀਂ ਦੇ ਰਿਹਾ, ਜੋ ਮੇਰੇ ਚਾਚੇ ਸੰਤ ਕਰਤਾਰ ਸਿੰਘ ਨੇ ਪੜ੍ਹਾਇਆ ਸੀ ਉਹਦੇ 'ਚੋਂ ਦੇ ਰਿਹਾ। ਉਹਨਾਂ ਸਾਨੂੰ ਪੜ੍ਹਾਇਆ ਸੀ ਵੀ ਗੁਰਮੁਖੋਂ ਉਹਦਾ ਇੱਕੋ ਇੱਕ ਤਰੀਕਾ ਹੈ, ਆਪਣੀ ਸੁਰਤੀ ਨੂੰ ਸ਼ਬਦ ਨਾਲ ਜੋੜੋ ਵੀ ਅਸੀਂ ਪੜ੍ਹ ਕੀ ਰਹੇ ਹਾਂ। ਆਪਾਂ ਆਮ ਕਰਦੇ ਹਾਂ ਵੀ ਜਦੋਂ ਆਪਾਂ ਬਾਣੀ ਆਰੰਭ ਕੀਤੀ ਤੇ ਆਪਣੀ ਜ਼ਬਾਨ ਲਗਾਤਾਰ ਤੁਰੀ ਜਾਂਦੀ, ਆਪਾਂ ਪੜ੍ਹੀ ਜਾਂਦੇ ਹਾਂ ਤੇ ਸਦਾ ਸਾਡੀ ਸਾਜੇ ਖੱਬੇ ਘੁੰਮਦੀ ਹੈ। ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਜੁਗਤੀ ਦੱਸੀ ਕਿ ਗੁਰੂ ਕੇ ਸਿੱਖਾ ਆਪਣੀ ਸੁਰਤੀ ਨੂੰ ਸ਼ਬਦ ਨਾਲ ਜੋੜਨਾ ਕਰ ਵੀ ਤੂੰ ਕੀ ਪੜ੍ਹ ਰਿਹਾ। ਸੁਣਿਆ ਸੱਤ ਸੰਤੋਖ ਗਿਆਨ, ਜੇ ਤੂੰ ਸੱਤ ਨੂੰ ਸੰਤੋਖ ਦੇ ਸਹਿਜ ਸੁਣੇਗਾ ਤੇ ਗੁਰਮੁਖਾ ਤੈਨੂੰ ਆਤਮ ਗਿਆਨ ਹੋ ਜਾਏਗਾ। ਨਾਲ ਆਖਿਆ ਸੁਣਿਆ ਸੱਤ, ਇਹ ਨਹੀਂ ਵੀ ਝੂਠ ਸੁਣੀ ਜਾ, ਸੁਣਿਆ ਸੱਤ। ਆ ਮੇਰੀ ਆਪਣਾ ਜ਼ਿੰਦਗੀ ਦਾ ਤਜਰਬਾ ਵੀ ਬਾਣੀ ਤਾਂ ਹੈ ਹੀ ਸਾਗਰ, ਆਪਾਂ ਜੇ ਇੱਕ ਪੰਕਤੀ ਨੂੰ ਸਮਝੀਏ ਤੇ ਗੁਰਮੁਖੋਂ ਸਾਡਾ ਬੇੜਾ ਬੰਨੇ ਹੋ ਸਕਦਾ ਇਕੱਲੀ ਇੱਕ ਪੰਕਤੀ ਨਾਲ। ਆਸਾ ਦੀ ਵਾਰ ਮੈਨੂੰ ਬੜੀ ਚੰਗੀ ਲੱਗਦੀ, ਮੇਰੀ ਜਿੰਦ ਜਾਨ ਹੈ। ਆਸਾ ਦੀ ਵਾਰ ਚੁੱਕ ਮੈਂ ਪੰਕਤੀ ਪੜ੍ਹੀ ਜਿਹੜੀ ਮੈਨੂੰ ਅੱਠੇ ਪਰ ਠੋਕਰ ਮਾਰਦੀ ਰਹਿੰਦੀ ਹੈ, ਜਾਂ ਰਹਿਣਾ ਨਾਹੀਂ ਐਤ ਜੱਗ ਤਾਂ ਕਾਇਤ ਗੜ ਵੰਡੀਏ, ਇਹ ਮੈਨੂੰ ਕਦੇ ਨਹੀਂ ਜੇ ਭੁੱਲੀ। ਮਿੱਤਰਾ ਜੇ ਦੁਨੀਆਂ 'ਚ ਰਹਿਣਾ ਹੀ ਨਹੀਂ ਤੇ ਅਹੰਕਾਰ ਕਿਹੜੀ ਗੱਲ ਦਾ ਕਰਦਾ। ਆਪਾਂ ਜੇ ਇਹੋ ਪੰਕਤੀ ਕਮਾ ਲਈਏ ਤੇ ਗੁਰਮੁਖੋਂ ਸਾਡਾ ਜੀਵਨ ਬੰਨੇ ਲੱਗ ਜਾਏ। ਸਾਰੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੀ ਵਿਚਾਰ ਕਰਨ ਦਾ ਮੈਨੂੰ ਗੁਰੂ ਨੇ ਮੌਕਾ ਦਿੱਤਾ, ਮੇਰੀ ਡਿਊਟੀ ਲਾਈ, ਮੇਰੇ ਕਰਮ ਚੰਗੇ। ਸੰਚ ਹਰ ਤਨ, ਜੇ ਕੋਈ ਆਪਾਂ ਨੂੰ ਕਵੇ ਨਾ ਵੀ ਗਿਆਨੀ ਜੀ ਟਾਈਮ ਹੈ ਨਹੀਂ ਤੇ ਮੈਨੂੰ ਇੱਕ ਪੰਕਤੀ ਵੀ ਸਾਰੀ ਗੁਰਮੁਖ ਦੱਸ ਦਿਓ ਤੇ ਮੈਂ ਇਹਦੇ 'ਚੋਂ ਇਹ ਲੱਭਾ। ਸੰਚ ਹਰ ਤਨ ਪੂਜ ਸਤਿਗੁਰ ਮਨੋ ਛੋੜ ਪੁਕਾਰ, ਸਾਰੀ ਗੱਲ ਵਿੱਚ ਆ ਗਈ। ਆਪਾਂ ਪੈਸੇ ਇਕੱਠੇ ਕਰਦੇ ਸਾਰੇ ਇੱਕੋ ਦੌੜ ਹੈ। ਗੁਰੂ ਬਾਬਾ ਕਹਿੰਦਾ ਸੰਚ ਹਰ ਤਨ ਪਰਮਾਤਮਾ ਦੇ ਨਾਮ ਨੂੰ ਜਿੰਨਾ ਹੁੰਦਾ ਜੋੜ, ਪੂਜ ਸਤਿਗੁਰ ਗੁਰੂ ਦੀ ਪੂਜਾ ਕਰ ਤੇ ਨਾਲ ਆਖਿਆ ਮਨੋ ਛੋੜ ਪੁਕਾਰ। ਦੱਸੋ ਗੱਲ ਕਿਹੜੀ ਰਹਿ ਗਈ ਵਿੱਚ ਇਹਦੇ ਇੱਕ ਪੰਕਤੀ ਵਿੱਚ? ਸਾਰੀਆਂ ਗੱਲਾਂ ਗੁਰੂ ਨੇ ਕਹਿ ਦਿੱਤੀਆਂ ਨੇ। ਸੰਚ ਹਰ ਤਨ ਪੂਜ ਸਤਿਗੁਰ, ਆਪਾਂ ਕਈ ਵਾਰ ਮਟੀਆਂ ਦੀ ਪੂਜਾ ਕਰਦੇ ਹਾਂ, ਮੜੀਆਂ ਦੀ ਪੂਜਾ ਕਰਦੇ ਹਾਂ। ਗੁਰੂ ਬਾਬੇ ਨੇ ਸਚੇਤ ਕੀਤਾ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ ਦੇ ਚਿੱਤੇ ਪੁਣੇ 'ਚ ਨਾ ਪਾਓ, ਹਰੀ ਤੋਂ ਬਿਨਾਂ ਹੋਰ ਦੀ ਪੂਜਾ ਨਾ ਕਰ। ਅਸੀਂ ਆਪਣੇ ਪਿੰਡ ਵਿੱਚ 3 ਕਰੋੜ ਦੀ ਕੋਠੀ ਬਣਾਈਏ ਤੇ ਬੁਗੀਏ ਦੇ ਅੱਗੇ ਚੱਪਣੀ ਟੰਗੀ ਹੈ, ਕਿਹਦੀ ਪੂਜਾ? ਚੱਪਣੀ ਦੀ ਪੂਜਾ। ਮੈਂ ਤਕਰੀਬਨ ਤਵਾ ਲਾਉਂਦਾ ਰਹਿੰਦਾ, ਕਹਿੰਦੇ ਗਿਆਨੀ ਜੀ ਦਾ ਮਤਲਬ ਕੀ ਆ? ਮੈਂ ਕਿਹਾ ਇਹਦਾ ਮਤਲਬ ਕਲੀਅਰ ਕੱਟ ਹੈ,
ਜਿਹੜਾ ਤੇਰਾ ਗੁਰੂ ਤੇ ਵਿਸ਼ਵਾਸ ਨਹੀਂ ਨਾ, ਬੂਹੇ ਅੱਗੇ ਚੱਪਣੀ ਟੰਗੀ ਗਈ ਤੇ ਚੱਪਣੀ ਚ ਨੱਕ ਡੋਬ ਕੇ ਮਰ ਜਾ। ਹੈਰਾਨੀ ਦੀ ਗੱਲ, ਤੇਰਾ ਗੁਰੂ ਤੇ ਵਿਸ਼ਵਾਸ ਹੀ ਨਹੀਂ, ਤੈਨੂੰ ਅਰਦਾਸ ਤੇ ਵੀ ਯਕੀਨ ਨਹੀਂ। ਕੋਠੀ ਬਣਾਈ ਹੈ 4.5 ਕਰੋੜ ਦੀ ਤੇ ਬੂਹੇ ਦੇ ਅੱਗੇ ਟੰਗਿਆ ਛਿੱਤਰ, ਵੀ ਫੁੱਫੜ ਵੀ ਆਵੇਗਾ ਉਹਨੂੰ ਛਿੱਤਰ ਥੱਲੇ ਲੰਘਾਉਣਾ ਹੈ, ਮਾਮਾ ਆਵੇਗਾ ਤੇ ਛਿੱਤਰ ਥੱਲੇ ਲੰਘਾਉਣਾ ਹੈ। ਮੈਨੂੰ ਅੱਜ ਤੱਕ ਛਿੱਤਰ ਦੀ ਤੇ ਜਿਹੜੀ ਮੈਂ ਬੜੀ ਕਥਾ ਪੜ੍ਹੀ, ਮੈਨੂੰ ਕੁਰਾਨ ਪੜ੍ਹਿਆ, ਮੈਂ ਬਾਈਬਲ ਪੜ੍ਹੀ, ਸਾਰੇ ਗ੍ਰੰਥਾਂ ਹੋਰ ਮੁਤਾਲਿਆ ਕੀਤਾ, ਮੈਨੂੰ ਕੰਮ ਕੋਈ ਨਹੀਂ ਸਵਾਏ ਗ੍ਰੰਥਾਂ ਤੋਂ ਪੜ੍ਹਨ ਤੋਂ, ਪਰ ਮੈਨੂੰ ਅੱਜ ਤੱਕ ਛਿੱਤਰ ਤੇ ਚੱਪਣੀ ਦੇ ਅਰਥ ਨਹੀਂ ਜਾਇਆ ਵੀ ਇਹਦਾ ਮਹਾਤਮ ਕੀ ਹੈ, ਕਿਹੋ ਜਿਹੀ ਸਿੱਖੀ ਹੈ। ਕਿਤੇ ਛਿੱਤਰਾਂ ਦੀ ਪੂਜਾ, ਕਿਤੇ ਚੱਪਣੀ ਦੀ ਪੂਜਾ। ਮੇਰੇ ਗੁਰਦੇਵ ਕਹਿੰਦੇ ਸਿੱਖਾ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਇਹ ਨਹੀਂ ਵੀ ਜੋ ਮੂੰਹ ਚ ਆਉਂਦਾ ਬੋਲੀ ਚੱਲ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆ ਸਿਰ ਬਾਣੀ ਪਰ ਇਸ ਪਾਸੇ ਵੱਲ ਆਵੇਗਾ ਕੌਣ, ਜਿਨ ਕੋ ਨਤਰ ਕਰਮ ਹੋਵੇ ਹਿਰਦੇ ਤਨਾ ਸਵਾਣੀ। ਜਿਹਦੇ ਤੇ ਵਾਹਿਗੁਰੂ ਦੀ ਨਿਗਾਹ ਹੋਵੇ, ਜਿਹਦੇ ਤੇ ਪਰਮੇਸ਼ਰ ਦੀ ਬਖਸ਼ਿਸ਼ ਹੋਵੇ, ਇਹ ਗੁਰੂ ਕੀ ਬਾਣੀ ਉਹਦੇ ਹਿਰਦੇ ਵਿੱਚ ਆਵੇਗੀ, ਬਾਕੀਆਂ ਨੂੰ ਚੰਗੀ ਨਹੀਂ ਲੱਗਣੀ। ਮੈਂ ਬੜੀ ਸਾਦੀ ਜੀ ਗੱਲ ਕਰਦਾ ਤਾਂ ਕਿ ਆਮ ਜਨਤਾ ਦੇ ਪੱਲੇ ਪੈ ਜਾਏ। ਤੁਸੀਂ ਆਪਣੇ ਘਰ ਵਿੱਚ ਕਿਤੇ ਪਰਿਵਾਰ ਦੇ 4 ਮੈਂਬਰ ਬਹਿ ਕੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰਿਆ ਜੇ ਤਜਰਬਾ ਕਰਨ ਲਈ, ਜਿਹੜਾ ਤਾਂ ਪਾਠ ਆਰੰਭ ਕਰੇਗਾ ਉਹਨੂੰ ਤਾਂ ਕਰਨਾ ਪੈਣਾ। ਜਿਹੜੇ ਕੋਲ ਬੈਠੇ ਨੇ ਉਹਨਾਂ ਕਹਿਣਾ ਚੰਗਾ ਫਿਰ ਤੂੰ ਸੁਖਮਨੀ ਸਾਹਿਬ ਦਾ ਪਾਠ ਕਰ ਲਾ, ਅਤੇ ਮੇਰੇ ਲੱਕ ਜਿਹਾ ਦੁੱਖਦਾ, ਮੈਂ 10 ਮਿੰਟ ਲੰਮਾ ਪੈ ਲਾ, ਹੁਣ ਤੈਨੂੰ ਸੂਹ ਹੁੰਦਾ ਗੱਲਾਂ ਕਰੀਆਂ ਦੇ ਭਾਵੇਂ 3 ਘੰਟੇ ਪਾ ਲਓ। ਇਹ ਤਜਰਬਾ ਜੇ ਮੇਰਾ ਆਮ ਸਿੰਪਲ ਜੀ ਗੱਲ, ਬਹੁਤੀ ਡੂੰਘੀ ਗੱਲ ਨਹੀਂ। ਗੱਲਾਂ ਕਰਨੀਆਂ ਤੇ ਗੁਰਮੁਖੋ ਤੇ ਲੱਗੀ ਹੋਵੇ ਨਾ, ਤੇ ਭਾਵੇਂ ਧਿਆਏ ਬੈਠੇ ਵੀ ਆਪਾਂ ਕਹਿੰਦੇ ਗੱਲ ਨਾ ਟੁੱਟੇ, ਕਹਿੰਦੇ ਫੁੱਫੜਾ ਹੋਰ ਅੱਗੇ ਬੋਤਾ ਸਰ। ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿੰਨਾਂ ਸਮਾਣੀ, ਪੀਵੋ ਅੰਮ੍ਰਿਤ। ਇਹ ਨਹੀਂ ਆਖਿਆ ਬਾਬੇ ਕੋਲ ਨਾਮ ਲੈ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਗ ਪਾਣੀ, ਕਹੇ ਨਾਨਕ ਸਦਾ ਗਾਵੋ। ਇਹ ਸੱਚੀ ਬਾਣੀ, ਇਹ ਨਹੀਂ ਵੀ ਸਵੇਰੇ ਪੜ੍ਹੀ ਅਤੇ ਸ਼ਾਮ ਨੂੰ। ਕਈ ਬੰਦੇ ਮੈਨੂੰ, ਇੱਕ ਬੰਦੇ ਨੇ ਫੋਨ ਕੀਤਾ ਵੀ ਗਿਆਨੀ ਜੀ ਦੁਪਹਿਰੇ ਨਿਤਨੇਮ ਕਰ ਲਿਆ ਕਰੀਏ। ਮੈਂ ਕਿਹਾ ਵੀ ਤੈਨੂੰ ਦੁਪਹਿਰੇ ਰੋਟੀ ਖਾਂਦਾ ਹੋਣਾ, ਕਹਿੰਦਾ ਜੀ ਖਾ ਲਈ ਦੀ। ਮੈਂ ਕਿਹਾ ਪਾਣੀ ਕਿੱਦਾਂ ਪੀਣਾ, ਅਤੇ ਮੈਂ ਕਿਹਾ ਬਾਣੀ, ਜਿਹੜੀ ਬਾਣੀ ਤੈਨੂੰ ਦੁਪਹਿਰੇ ਵਾਈ ਕਰਦੀ ਹੈ, ਬਹਾਨਾ ਵੇਖੋ। ਗੁਰਮੁਖੋ ਪਰਮੇਸ਼ਰ ਦੇ ਨਾਮ ਦਾ ਕੋਈ ਟਾਈਮ ਨਹੀਂ। ਆਪਣਾ ਇੱਕ ਇੱਕ ਸਵਾਲ ਹੱਥੋਂ ਨਿਕਲ ਗਿਆ, ਨਹੀਂ ਜੀ ਆਉਣਾ। ਮੈਂ ਇੱਕ ਆਪਣੀ ਜਾਤੀ ਤਜਰਬੇ ਦੇ ਮੁਤਾਬਿਕ ਕਹਿਣ ਲੱਗਾ, ਹੋ ਸਕਦਾ ਕਿਸੇ ਨੂੰ ਫਿੱਟ ਨਾ ਬੈਠੇ। ਮੇਰਾ ਆਪਣਾ ਨੀਰ ਹੈ ਵੀ ਆਪਾਂ ਜੰਗਲ ਮੈਦਾਨ ਜਾਂਦੇ ਹਾਂ ਨਾ ਫਲਸ਼ ਵਿੱਚ, ਉਪਰਾਲਾ ਕਰੋ, ਉਦੋਂ ਵੀ ਸਾਡੀ ਬੁਰਸੁਰਤੀ ਵਾਹਿਗੁਰੂ ਨਾਲ ਜੁੜੀ ਹੋਵੇ, ਪਤਾ ਨਹੀਂ ਸਾਡੀ ਜਾਨ ਉੱਥੇ ਨਿਕਲ ਜਾਏ। ਇਹ ਨਹੀਂ ਸਾਨੂੰ ਪਤਾ ਸਾਡਾ ਅੰਤਮ ਸਵਾਸ ਕਿਹੜਾ ਹੈ, ਇਹ ਸਾਨੂੰ ਨਹੀਂ ਗਿਆਨ। ਲੇਕਿਨ ਉਪਰਾਲਾ ਕਰੋ, ਇੱਕ ਵੀ ਸਵਾਸ ਖਾਲੀ ਨਾ ਜਾਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨ ਨੇ, ਕਹਿੰਦੇ ਸਿੱਖੋ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਗੱਲ ਕਿਉਂ ਕਹੀ? ਮੈਂ ਇਹੋ ਜਿਹੇ ਬਦਕਿਸਮਤ ਬੰਦੇ ਵੇਖੇ ਨੇ ਆਪਣੇ ਜਾਤੀ ਦੇ ਵਿੱਚ ਜਿਹੜੇ ਕਹਿੰਦੇ ਗਿਆਨੀ ਜੀ ਹੁਕਮਨਾਮਾ ਚੰਗਾ ਨਹੀਂ ਆਇਆ। ਕਿਹੋ ਜਿਹੀ ਸਿੱਖੀ ਹੈ? ਹੁਕਮਨਾਮਾ ਚੰਗਾ ਨਹੀਂ ਆਇਆ, ਇਹ ਮੈਂ ਕਈ ਬੰਦੇ ਵੇਖੇ ਅਤੇ ਕਈਆਂ ਨੇ ਮੈਨੂੰ ਕਿਹਾ ਵੀ ਗਿਆਨੀ ਜੀ ਹੁਕਮਨਾਮਾ ਚੰਗਾ ਨਹੀਂ ਆਇਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਸਿੱਖੀ ਨਹੀਂ, ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅਤੇ ਨਾਲ ਕਿਹਾ ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਸਤਾਰੇ। ਜੋ ਗੁਰੂ ਕੀ ਬਾਣੀ ਕਹਿੰਦੀ ਇਹਨੂੰ ਮੰਨ ਵੀ। ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਬਾਰੇ ਆਪਾਂ ਪੜ੍ਹਦੇ ਹਾਂ, ਦੋ ਤਾਂ ਬਾਣੀ ਕਾ ਬੋਏ ਥਾ। ਇਹ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਪੰਚਮ ਪਾਤਸ਼ਾਹ ਦੇ ਪ੍ਰਤੀ ਪਾਵਨ ਸ਼ਬਦ ਕਹਿ। ਜਦੋਂ ਗੁਰੂ ਪੰਜਵੇਂ ਪਾਤਸ਼ਾਹ ਬਾਲ ਵਸਤਾ ਵੀ ਸਨ, ਰਿੜਦੇ ਆਏ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪੜੰਗੇ ਦੀ ਬਾਹੀ ਨੂੰ ਫੜ ਕੇ ਤਾਂ ਉੱਪਰ ਚੜ੍ਹਨਾ ਚਾਹੁੰਦੇ ਨੇ। ਅਤੇ ਸਾਡੇ ਬਜ਼ੁਰਗਾਂ ਨੇ ਲਿਖਿਆ, ਕਿਹੜਾ ਬਾਲਕ ਹੈ ਭਾਰੀ ਜਿਨ ਮੰਜੀ ਲਾਈ ਸਾਰੀ। ਇਹੋ ਜਿਹਾ ਕਿਹੜਾ ਬੱਚਾ ਜਿਹਨੇ ਮੰਜੀ ਲਾ ਦਿੱਤੀ ਹੈ
ते माता भानी जी कहन लगे पिता जी दोता जे दोता ते धन गुरु अमरदास पातशाह ने दोते नू मोढ़ियां तो फड़ के गोदी च बिठा के आख्या धीए भानिए दोता बाणी का बोए था जिन्हू मुकालफ ने अंग्रेजी विच पोता करके लिखा ते पोत नाम भी जहाज दा है उस धन गुरु अर्जन देव सच्चे पातशाह ने साडे ते तरस कीता कृपा कीती नकली बाणी मीणियां ने बनाउणी आरंभ कर दित्ती सतगुरु पातशाह महाराज ने भाई साहब भाई गुरदास कोलों बाणी लिखवाई धन गुरु ग्रंथ सच्चे पातशाह का प्रकाश हरिमंदर साहब किया ते नाल लफ्ज कह साडे सिख जगत विच एक गुरु का सिख है जिहदे नाम नाल गुरु साहिबां ने साहिब लाया बड़े सिख सत्कार योग ने बाबा बहलो जी भाई मंझ जी भाई गुरदास जी भाई बनी सिंह जी जिन्हें भी महापुरुष ने उन्हें सारे नमस्कार लेकिन एक बाबा बुढ़ा जी ने जिन्हें गुरदेव ने साहिब करके फरमाया जितन गुरु ग्रंथ सच्चे पातशाह का प्रकाश होया ना उथे लिखा बुढ़ा साहब खोलो ग्रंथ लेहो आवाज सुने सब पंथ ले आवाज बुढ़ा ता बोला अदब साथ ग्रंथ को खोला इन्हां पंक्तियों बरीकी नाल विचारीए ते आपां एक घंटा ला सकते हैं गुरु पंचम पातशाह कहिंदे बुढ़ा साहब गुरु ग्रंथ सच्चे पातशाह का प्रकाश करो बाबा बुढ़ा जी ने बड़े अदब दे नाल सतगुरु ग्रंथ सच्चे पातशाह का प्रकाश किया ते असीं तां पाठ करदे मुछां ते हथ फेरी जांदे आ इहो जे मंद भागे वेखे ने जिहड़े पैर दा अंगूठा मली जांदे ने जिहड़ा आपां परना पाउणे ना इहदा मतलब ही इह वी साडा शरीर साडे वस विच नहीं साडे मूँह चों किसे कारण थुक ना डिग पिया असीं मूँह अगे परना रखदे आ जिहड़े रागी भरा ने इह हुण रखण नूं अड़ गए ने क्योंकि जिहड़ा विचला उहनूं तां जथेदारी करके रखना पैंदा वी पता लगे वी तिन्नां चों इह हैड है ਤਾਂ ਰੱਖਦਾ ਹੈ ਬਾਕੀਆਂ ਦੋਨੋਂ ਛੁੱਟੀ ਅਤੇ ਜਿਉਂਦਾ ਰਹੇ ਮੋਬਾਈਲ ਅੱਗੇ ਮੋਬਾਈਲ ਆ ਕੇ ਅਤੇ ਕੀਰਤਨ ਕਰੀ ਜਾਂਦੇ ਨੇ ਸ਼ਬਦ ਇੱਕ ਵੀ ਕੰਠ ਨਹੀਂ ਇੱਕ ਨਹੀਂ ਸ਼ਬਦ ਆਉਂਦਾ ਮੈਂ ਬੇਨਤੀ ਕਰਾਂਗਾ ਤੁਹਾਨੂੰ ਪ੍ਰਬੰਧਕਾਂ ਨੂੰ ਜਦੋਂ ਕੀਰਤਨ ਕਰਨ ਲੱਗੇ ਪਹਿਲਾਂ ਨਾ ਦੱਸਿਆ ਦੇ ਅਤੇ ਕੀਰਤਨ ਕਰਨ ਚੁੱਪ ਕਰਕੇ ਮੋਬਾਈਲ ਖੋਲਿਆ ਜੇ ਵੇਖਿਆ ਜੇ ਭੱਜਦੇ ਕਿਵੇਂ ਆ ਇੰਨਾ ਬੇੜਾ ਗਰਕ ਹੋ ਗਿਆ ਸਾਡਾ ਬਾਣੀ ਕੰਠ ਪੈਸਾ ਗੰਠ ਮੈਂ ਤਿੰਨ ਬੰਦੇ ਆਪਣੀ ਜ਼ਿੰਦਗੀ 'ਚ ਵੇਖੇ ਨੇ ਜਿਹਨਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕੰਠ ਮੈਂ ਕਿਸੇ ਪੁਰਾਣੀ ਗੱਲ ਨਹੀਂ ਜੀ ਕਰਦਾ ਗੁਰਮੁਖਾਂ ਮਹਾਂਪੁਰਸ਼ਾਂ ਦਰਸ਼ਨ ਕੀਤੇ ਨੇ ਜਿਹਨਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕੰਠ ਸੀ ਇਹ ਗੱਲ ਪਾਸੇ ਵਿੱਚੋਂ ਆ ਗਈ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ ਲੇ ਆਵਾਜ਼ ਬੁੱਢਾ ਤਾਂ ਬੋਲਾ ਅਦਬ ਸਾਧ ਗ੍ਰੰਥ ਕੋ ਖੋਲਾ ਅਤੇ ਹੁਕਮਨਾਮਾ ਆਇਆ ਸੀ ਸੂਈ ਮਹੱਲਾ ਪੰਜਵਾਂ ਸੰਤਾਂ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਬਾਰੇ ਮੈਂ ਬੀਏ ਸੈਕੰਡਰੀ 'ਚ ਖੁਦ ਪੜ੍ਹਿਆ ਖਾਲਸਾ ਕਾਲਜ ਤੁਹਾਡੇ ਇਲਾਕੇ ਦਾ ਬਟਾਲੇ ਦਾ ਸੈਯਦ ਮੁਹੰਮਦ ਲਤੀਫ ਹੋਇਆ ਇੱਕ ਸਰ ਜਾਦੂ ਨਾਲ ਸਰਕਾਰ ਹੋਇਆ ਨਾ ਦੋਨੇ ਗੁਰੂ ਪਾਤਸ਼ਾਹ ਮਹਾਰਾਜ ਦੇ ਉਲਟ ਬੜੇ ਕੌੜੇ ਲਫ਼ਜ਼ ਕਹੇ ਨੇ ਮੇਰੀ ਮੈਂ ਸਿੱਖ ਹਾਂ ਮੇਰੀ ਜ਼ਬਾਨ ਅਲਾਓ ਨਹੀਂ ਕਰਦੀ ਕਿ ਮੈਂ ਬੋਲਾਂ ਉਹਨਾਂ ਨੇ ਲਿਖਿਆ ਵੀ ਜਿਹੜੀ ਰੂਹਾਨੀਅਤ ਦੀ ਗੰਗਾ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਚੱਲੀ ਸੀ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਸਮੇਂ ਜੰਗਾਂ ਅਤੇ ਯੁੱਧਾਂ ਦਾ ਅਖਾੜਾ ਬਣ ਗਈ ਮੈਂ ਹੈਰਾਨ ਹਾਂ ਵੀ ਉਸ ਅਕਲ ਦੇ ਅੰਨੇ ਨੂੰ ਹਰਗੋਬਿੰਦਪੁਰ ਸਾਹਿਬ ਕਿਉਂ ਨਹੀਂ ਦੱਸਿਆ ਬਟਾਲੇ ਤੋਂ ਹਰਗੋਬਿੰਦਪੁਰ ਬਹੁਤੀ ਦੂਰ ਨਹੀਂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਦੂਜਾ ਜੰਗ ਜਿੱਤਿਆ ਅਤੇ ਕਹਿੰਦੇ ਆਪਾਂ ਖੁਸ਼ੀ ਕਰਨੀ ਆਪਾਂ ਵੀ ਖੁਸ਼ੀਆਂ ਕਰਦੇ ਹਾਂ ਭੰਗੜੇ ਪਾ ਕੇ ਪਤਾ ਨਹੀਂ ਕੀ ਕੁਝ ਖੋਟੀਆਂ ਕਰਤੂਤਾਂ ਕਰਦੇ ਹਾਂ ਜੇ ਖੁਸ਼ੀ ਕਰਨ ਦੀ ਜਾਚ ਸਿੱਖਣੀ ਤਾਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕੋਲ ਸਿੱਖੋ ਕਹਿੰਦੇ ਸਿੱਖੋ ਆਪਾਂ ਨੂੰ ਵਾਹਿਗੁਰੂ ਅਕਾਲ ਪੁਰਖ ਨੇ ਜਿੱਤ ਦਿੱਤੀ ਅਤੇ ਆਪਾਂ ਖੁਸ਼ੀ ਕਰਨੀ ਹੈ ਥੜਾ ਬਣਾਇਆ ਅਤੇ ਕਹਿੰਦੇ ਤੁਹਾਡੇ 'ਚੋਂ ਹੈ ਕੋ ਗੁਰੂ ਕਾ ਲਾਲ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਵੇ ਨੀਵੀਆਂ ਪੈ ਗਈਆਂ ਇਹ ਗੱਲ ਉਦੋਂ ਦੀ ਨਹੀਂ ਅੱਜ ਵੀ ਹੈ ਕਿਤੇ ਭੋਗ ਦੇ ਮੌਕੇ 'ਤੇ ਆਪਾਂ ਜੋ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਂਦੇ ਹਾਂ ਨਾ ਆਖਿਰਕਾਰ ਤਾਂ ਪੰਜਾਂ ਨੂੰ ਮਿਲਣਾ ਨਾ ਇਹਦੇ ਨਾਲ ਮੈਂ ਇੱਕ ਹੋਰ ਆਪਣੀ ਡਿਊਟੀ ਦੇ ਮੁਤਾਬਕ ਬੇਨਤੀ ਕਰਾਂ ਇੱਕ ਨਵੀਂ ਕ੍ਰਿਤੀ ਚੱਲੀ ਸਾਡੇ
ਪੰਜਾਂ ਦੀ ਦੇ ਕੱਢ ਕੇ ਤੇ ਮੁੜ ਕੇ ਫੇਰ ਲਾ ਦਿੰਦੇ ਨੇ ਤੇ ਜੇ ਤੁਹਾਡੇ ਹੱਥ ਮੈਲੇ ਹੁੰਦੇ ਤੇ ਪੰਜਾਂ ਦੀ ਕੱਢਦੇ ਕੱਲ ਨੂੰ ਜੇ ਦਰ ਅਸਲੇ ਸਾਡੇ ਗੁਰੂ ਨੇ ਮਰਿਆਦਾ ਬੱਧੀ ਵੀ ਪੰਜਾਂ ਪਿਆਰਿਆਂ ਦੀ ਦੇ ਕੱਢਣੀ ਹੈ ਜਿਹੜੇ ਵੀ ਪੰਜ ਪਿਆਰ ਗੁਰੂ ਕੇ ਲਾਲ ਅੰਮ੍ਰਿਤਧਾਰੀ ਉਹਨਾਂ ਪੰਜਾਂ ਨੂੰ ਦੇਗ ਵਰਤਾਈ ਜਾਏ ਜਿਹੜਾ ਆਪਾਂ ਲਾਉਂਦੇ ਮਨਮਤ ਹੈ ਗੁਰਮਤ ਨਹੀਂ ਜੇ ਪੰਜਾਂ ਦੀ ਦੇ ਕੱਢੀ ਹੈ ਤੇ ਸਾਨੂੰ ਪੰਜਾਂ ਵਿੱਚ ਵਰਚਾਉਣੀ ਚਾਹੀਦੀ ਹੈ ਮੈਂ ਗੱਲ ਉੱਥੇ ਲਿਆਵਾਂ ਤੇ ਹੁਣ ਬੰਦੇ ਬੈਠੇ ਨੇ ਸੱਤ ਉਹਨੇ ਪੰਜਾਂ ਨੂੰ ਦੋ ਬੰਦੇ ਕਹਿੰਦੇ ਭਾਈ ਅਸੀਂ ਵੀ ਅੰਮ੍ਰਿਤਧਾਰੀ ਸਾਨੂੰ ਕਿਉਂ ਨਹੀਂ ਦਿੱਤੀ ਹੁਣ ਗੁਰਮੁਖ ਪੰਜਾਂ ਦੀ ਹੈ ਤੇ ਜੇ ਜਿਹੜੇ ਦੋ ਬੰਦੇ ਕਹਿੰਦੇ ਮੈਨੂੰ ਨਹੀਂ ਦਿੱਤੀ ਉਹਨੂੰ ਪੁੱਛੀ ਵੀ ਗੁਰਮੁਖਾ ਅੱਜ ਅੰਮ੍ਰਿਤ ਸੰਚਾਰ ਹੋਣਾ ਤੇ ਪੰਜਾਂ ਪਿੰਡ ਕਹਿੰਦਾ ਜੀ ਮੈਂ ਢਿੱਲਾ ਮੱਠਾ ਕੜਾਹ ਪ੍ਰਸ਼ਾਦ ਖਾਣ ਨੂੰ ਤੂੰ ਨਵਾਂ ਰੋਵਾ ਹੈ ਤੇ ਜਦੋਂ ਪੰਜਾਂ ਪਿੰਡ ਲੱਗਣਾ ਉਹ ਤਾਂ ਬਿਮਾਰ ਹੋ ਗਿਆ ਕਿਹੋ ਜਿਹੀ ਸਿੱਖੀ ਹੈ ਇਹ ਚੱਲਦਾ ਜੇ ਕੱਲ੍ਹ ਇਹ ਨਾ ਸਾਨੂੰ ਵੀ ਕਿਤੇ ਪੁੱਛ ਕੇ ਵੇਖ ਲਿਆ ਵੀ ਗਿਆਨੀ ਜੀ ਅੱਜ ਤੁਹਾਨੂੰ ਪੰਜਾਂ ਪਿਆਰੇ ਲਾਉਣਾ ਤਾਂ ਵੇਖਿਆ ਜੇ ਕਿਵੇਂ ਭਜਦੇ ਨੇ ਗਿਆਨੀ ਅਸੀਂ ਸ਼ਕਲ ਸਿਖਾਉਣ ਲਈ ਚੰਗੇ ਭਰੇ ਤੇ ਬਾਣੀ ਮੇਰੀ ਅਸੀਂ ਬਿਮਾਰ ਭਾਈ ਗੋਪਾਲਾ ਕਹਿਣ ਲੱਗਾ ਪਾਤਸ਼ਾਹ ਮੇਰੀ ਸਮਰੱਥਾ ਨਹੀਂ ਪਰ ਤੁਸੀਂ ਬੜੀ ਰਹਿਮਤ ਕੀਤੀ ਮੈਂ ਗੁਰਬਾਣੀ 'ਚ ਪੜ੍ਹਿਆ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤਿਰ ਭਵਨ ਸੂਝਿਆ ਗੁਰ ਪੇਟ ਪਨੀਤਾ ਮੇਰੇ ਮਾਲਕਾ ਅੰਨੇ ਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਸਕਦੀ ਹੈ ਪਿੰਗਲਾ ਪਹਾੜਾਂ ਨੂੰ ਚੜ੍ਹ ਸਕਦਾ ਹੈ ਜਿਹੜਾ ਬਿਲਕੁਲ ਮੂਰਖ ਤੇ ਗੁੰਗਾ ਜੇ ਤੂੰ ਕਿਰਪਾ ਕਰੇ ਮਹਾਨ ਵਿਦਵਾਨ ਬਖਤਾ ਬਣ ਸਕਦਾ ਹੈ ਚੰਗਾ ਗੋਪਾਲਿਆ ਗੁਰੂ ਨਾਨਕ ਪਾਤਸ਼ਾਹ ਤੇਰੀ 'ਤੇ ਕਿਰਪਾ ਕਰਨਗੇ ਭਾਈ ਗੋਪਾਲਾ ਜੀ ਥੜੇ 'ਤੇ ਬੈਠੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਆਪ ਨੀਵੇਂ ਥਾਂ 'ਤੇ ਬੈਠੇ ਮਨ ਦਾ ਸੁਭਾਅ ਹੈ ਡੋਲਣਾ ਕਿਉਂਕਿ ਆਪਾਂ ਪੜ੍ਹਦੇ ਹਾਂ ਕਬਹੂੰ ਜੀੜਾ ਉਭ ਚੜ੍ਹਤ ਹੈ ਕਬਹੂੰ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਿ ਤੇ ਚਾਰੇ ਕੂਟਾਂ ਪਾਲੇ ਇਹ ਸਾਡੇ ਮਨ ਦੀ ਕਮਜ਼ੋਰੀ ਹੈ ਉੱਧਰ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਣ 'ਤੇ ਆਇਆ ਭਾਈ ਗੋਪਾਲੇ ਦੇ ਮਨ ਨੇ ਡੱਕੋ ਡੋਲਾ ਖਾਧਾ ਕਿਉਂਕਿ ਕੁਝ ਦਿਨ ਪਹਿਲਾਂ ਇੱਕ ਸੁਭਾਗੇ ਨਾਮ ਦਾ ਸਿੱਖ ਪੰਜ ਘੋੜੇ ਅਤੇ ਪੰਜ ਕਾਠੀਆਂ ਲੈ ਕੇ ਆ ਘੋੜੇ ਦੀ ਕੀਮਤ ਵੀ 1.25 ਲੱਖ ਕਾਠੀ ਦੀ ਕੀਮਤ ਵੀ 1.25 ਲੱਖ ਇਹ ਅੰਦਾਜ਼ਾ ਲਾ ਲਓ ਕਿੰਨੇ ਪੈਸੇ ਬਣਦੇ ਨੇ ਅਸੀਂ 5100 ਰੁਪਈਆ ਦੇ ਕੇ ਜਿੰਨਾ ਚਿਰ ਜੈਕਾਰਾਂ ਨਾਲ ਛੜਾਈਏ ਸਾਨੂੰ ਠੰਡ ਨਹੀਂ ਪੈਂਦੀ ਪਤਾ ਨਹੀਂ ਗੁਰਦੁਆਰੇ ਨੂੰ ਕਿੱਡੀ ਕੁ ਵੱਡੀ ਗ੍ਰਾਂਟ ਦੇ ਦਿੱਤੀ ਹੈ ਔਰ ਸਾਡੇ ਪ੍ਰਬੰਧਕਾਂ ਵਿੱਚ ਹੀ ਬੜੀ ਇੱਕ ਬਿਮਾਰੀ ਸਾਨੂੰ ਪੈ ਗਈ ਕ੍ਰੀਤੀ ਹੈ ਜਿਹਨੇ 5100 ਦਿੱਤਾ ਕਹਿੰਦੇ ਜੈਕਾਰਾ ਛੱਡ ਦਿੱਤੋ ਇਹਨੇ ਕਿਹੜਾ ਜਮਰਾਓ ਦਾ ਕਿਲਾ ਜਿੱਤ ਕੇ ਆਇਆ ਗੁਰੂ ਨਾਨਕ ਦੇ ਘਰ ਵਿੱਚ ਮਾਇਆ ਦਾ ਜੈਕਾਰਾ ਛੱਡਣਾ ਹੋ ਸਕਦਾ ਮੈਂ ਗਲਤ ਹੋਵਾਂ ਇਹ ਮਲਕ ਭਾਗੋ ਦਾ ਜੈਕਾਰਾ ਭਾਈ ਲਾਲੋ ਦਾ ਨਹੀਂ ਹੋ ਸਕਦਾ ਮੈਂ ਗਲਤ ਹੋਵਾਂ ਪਰ ਜੋ ਮੈਂ ਪੜ੍ਹਿਆ ਤੇ ਸੁਣਿਆ ਨਾ ਇੱਕ ਗਰੀਬ ਬੰਦਾ ਸਾਰਾ ਦਿਨ ਨਕਸ਼ਾ ਵਾਇਆ ਤੇ ਉਹਨੂੰ 70 ਬਣੇ ਨੇ ਗੁਰਮੁਖੋਂ ਨੇ 5 ਦਿੱਤੇ ਨੇ ਉਹ 50,000 ਤੋਂ ਜ਼ਿਆਦਾ ਨੇ ਉਸ ਗਰੀਬ ਨੇ 80 ਰੁਪਈਏ ਵੱਟੇ ਸਵੇਰ ਦੇ ਲੱਤਾਂ ਮਾਰ ਕੇ ਉਹਨੇ 5 ਦਿੱਤੇ ਤੇ ਤੁਸੀਂ ਕਹਿੰਦੇ ਰੱਖਦੇ ਇੱਥੇ ਇਹਦਾ ਭਾਵ ਕਿ ਭਾਈ ਲਾਲੋ ਦਾ ਨਰਾਦਰ ਅਤੇ ਮਲਕ ਭਾਗੋ ਦੇ ਜਿਕਾਰੇ ਰੱਬ ਦਾ ਵਾਸਤਾ ਜੇ ਕੰਮ ਨਾ ਕਰਿਆ ਕਰੋ ਜੋ ਦੇਣਾ ਗੁਰੂ ਦੇ ਅੱਗੇ ਰੱਖ ਕੇ ਆਖਿਆ ਕਰੀਏ ਪਾਤਸ਼ਾਹ ਮੇਰਾ ਮੁੱਝ ਮੈਂ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝਕੋ ਸੌਂਪਤੇ ਕਿਆ ਲਾਗੇ ਮੇਰਾ ਮੈਂ ਖੁਦ ਕੁਰਾਨ ਵਿੱਚ ਪੜ੍ਹਿਆ ਜੇ ਖੱਬੇ ਹੱਥ ਨਾਲ ਦੇਣਾ ਅਤੇ ਗੁਰਮੁਖਾ ਤੇਰੇ ਸੱਜੇ ਨੂੰ ਹੱਥ ਨੂੰ ਪਤਾ ਨਾ ਲੱਗੇ ਦੂਜਿਆਂ ਦੀ ਗੱਲ ਤਾਂ ਛੱਡੋ ਕੁਰਾਨ ਵਿੱਚ ਮੈਂ ਖੁਦ ਪੜ੍ਹਿਆ ਕਿ ਖੱਬੇ ਨਾਲ ਦੇਣਾ ਅਤੇ ਸੱਜੇ ਨੂੰ ਪਤਾ ਨਾ ਲੱਗੇ ਅਤੇ ਆਪਾਂ ਤਾਂ ਜਕਾਰੇ ਛੱਡਦੇ ਹਾਂ ਮਨ ਮਤ ਜੇ ਗੁਰਮਤ ਨਹੀਂ ਮਨ ਡੋਲਿਆ ਵੀ ਗੁਰੂ ਪਾਤਸ਼ਾਹ ਦੇ ਕੋਲ ਘੋੜੇ ਆਏ ਨੇ ਬਾਕੀ ਤਾਂ 4 ਵੰਡੇ ਗਏ ਇੱਕ ਰਹਿੰਦਾ ਹੈ ਅਤੇ ਜੇ ਕਿਤੇ ਮੈਨੂੰ ਵੀ ਘੋੜਾ ਅਤੇ ਕਾਠੀ ਦੇ ਦੇਣ ਤਾਂ ਗੱਲ ਨਾ ਬਣ ਜਾਏ ਪਾਠ ਸੰਪੂਰਨ ਹੋਇਆ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਭਾਈ ਗੋਪਾਲੇ ਨੂੰ ਜੱਫੀ ਪਾਈ ਮੱਥਾ ਚੁੰਮਿਆ ਪਿਆਰ ਕੀਤਾ ਅਤੇ ਕਹਿਣ ਲੱਗੇ ਭਾਈ ਗੋਪਾਲਿਆ ਤੂੰ ਧੰਨ ਤੇਰੀ ਮਾਂ ਧੰਨ ਤੇਰਾ ਪਿਤਾ ਧੰਨ ਜਿਹੜਾ ਤੇਰੇ ਵਰਗੇ ਗੁਰਮੁਖ ਨੂੰ ਉਹਨਾਂ ਜਨਮ ਦਿੱਤਾ ਪਰ ਪਿਆਰਾ ਇੱਕ ਤੇਰੇ 'ਤੇ ਗਲਾ ਹੀ ਗਲਾ ਗੁੱਸਾ ਹੁੰਦਾ ਗੈਰਾਂ 'ਤੇ ਗਿਲਾ ਹੁੰਦਾ ਆਪਣੇ ਉੱਪਰ ਆਪਾਂ ਰਿਸ਼ਤੇਦਾਰਾਂ ਭੈਣਾਂ ਪ੍ਰਮਣ ਕਹਿੰਦੇ ਭਾਈ ਗੁਰਮੁਖਾ ਸਾਨੂੰ ਤੇਰੇ ਤੋਂ ਆਸ ਨਹੀਂ ਸੀ ਤੂੰ ਆਹ ਕੰਮ ਕੀਤਾ ਸੀ ਸਾਨੂੰ ਤੇਰੇ 'ਤੇ ਗਿਲਾ ਹੈ ਗਿਲਾ ਦਾ ਭਾਵ ਹੁੰਦਾ ਆਪਣਿਆਂ ਨਾਲ ਰਾਜਗੀ ਅਤੇ ਗੁੱਸਾ ਹੁੰਦਾ ਗੈਰਾਂ ਉੱਪਰ ਮੇਰੇ ਗੁਰਦੇਵ ਕਹਿੰਦੇ ਭਾਈ ਸਾਨੂੰ ਤੇਰੇ 'ਤੇ ਗਿਲਾ ਹੈਰਾਨ ਹੋ ਗਿਆ ਵੀ ਪਾਤਸ਼ਾਹ ਕਿਹੜੀ ਗੱਲ ਤੋਂ ਕਹਿੰਦੇ ਭਾਈ ਗੋਪਾਲਿਆ
तू जपजी साहब के पाठ की कीमत केवल घोड़ा ते काठी पाई, तू गुरबाणी का ज्ञाता है, गुरबाणी विचारदा है, तैनू भुल गया साई नाम अमोल, कीम ना कोई जान दो, जिन्ना भाग मथाए से नानक हब रंग माण दो। पर तू मंग लिया है गुरसिखा, तेरिया सत कुलां नानकियां दियां तरियां, दादकियां दियां तरियां, सहुरियां दियां तरियां, पर ये भी झूंगा ही, ये जपजी साहब दे पाठ का मुल नहीं। साड़ी पुरानी बोली है झूंगा, अजकल पढ़े लोग कहते हैं टिप, टिप ते झूंगे दे एक अर्थ ने, अंग्रेजी भी टिप ते मजापनी पंजाबी भी झूंगा, ये भी झूंगे दे विच है। भाई गोपालिया कीमत नहीं, सतवें पातशाह का समा आया, गुरु की संगत कीर्तन कर दियां आईयां काबल तो, मेरे पातशाह पणगे ते बराजे ने, कन्ना च गुरबाणी की आवाज पई, एकदम अब्बड़ वाए उठे, गोडे ते सट लगी। सिखां ने आख्या पातशाह तुसी गुरता गद्दी दे मालक हो, तुहानूं इन्नी काली की की लोड़ सी। ते सतवें पातशाह कहिंदे गुरबाणी पर अदब ना धारा, जाणो सोरी सिख मारा। जिस व्यक्ति के मन में गुरबाणी का भय ते अदब नहीं, साडा सिख ही नहीं। अठवां जामा आया, औरंगजेब ने बेनती की, क्योंकि पातशाह ने एक प्रण किया सी, नै मलेश को दर्शन दे हैं, असी मलेश नूं दर्शन नहीं देने। उन्हें सुनेहा भेजा पातशाह तुसी मौज दे मालक हो, तुसी पातशाह हो, दर्शन ना दिओ तुहाडी मर्जी, पर सिख्या तां दे सकदे हो ना। तां उस मौके अठवें पातशाह ने शब्द उचार के उन्हूं मैसेज दिता, क्या खाते क्या पीते होए, जामा नहीं सच्चा सोए। कहिंदे खाण ते पहिनण दा की फायदा जे तेरे दिल दे विच सच नहीं। धन गुरु तेग बहादुर पातशाह ने क्लीयर कट कह दिता, राम नाम उर्मय गए हो, जाके सम नहीं कोए, जे सिमरत संकट मिटे दरस द्वारो होए। इस राम दे नाम नूं हिरदे विच ग्रहण कर, तेरे संकट मिट जाणगे, तेनूं परमात्मा दे दार हो जाणगे। गुरमुखो दीन दुनिया दे बाल गुरु गोबिंद सिंह सच्चे पातशाह महाराज ने दमदमा साहब नामे पातशाह महाराज की बाणी नूं अंकित कराया, जिन्हों आप दमदमी सरूप कहने हैं। ये पातशाह ने गुरबाणी आचारी, ये अर्थ सिंघां नूं पढ़ाए, जिथों दो टकसालां चलियां, दमदमी टकसाल ते सत्तू वाली गली वाली टकसाल। समा अपनी चाल चलिया, जिहड़ा अज दा पुरब मैं कह के समाप्ति करा दो चार मिनटां विच। तीन दुनिया के मालक धन गुरु गोबिंद सिंह सच्चे पातशाह हजूर साहब पहुंचे, जिहदा नाम नंदेड़ है इतिहास विच, असी अदब नाल इहनूं हजूर साहब कहिंदे आ, साहिब दी हजूरी, लेकिन नगर का नाम नंदेड़ है। बड़े दुख नाल कहना पैंदा है, जिन्ना अपमान असी गुरु ग्रंथ सच्चे पातशाह का करदे आ ना, जे कितें गुरु क्रोध हो गया तो गुरमुख साडा कख नहीं जे रहना। वो कि गल, असी सधारण व्यक्ति हाँ, सधारण व्यक्ति ममूली, सानू तुसी बुला के ते कहो भी ज्ञानी जी आ पिया जे बिस्कुट, आ पिया जे जूस, असी गुरदासपुर नूं चले हाँ ते असी तुहानू कहांगे भी असी कदे जूस नहीं देखिया, असी कदे बिस्कुट नहीं खाधे, तू वड्डा फन्ने खा गया। एक बंदे नूं असी ये कह दीए ते उहदा मूड खराब हो जाता है। असी घरां च खंड पाठ करवाउने आ, दीन दुनिया दा माल गुरु ग्रंथ सच्चे पातशाह साडे घर आउंदा, असी परिवार दे दो मैंबर कोल बहि के राजी नहीं, नाल दे कमरे च बैड लगे हुंदे ने, सोफा लगा हुंदा, ते आपां कहिंदे कुड़िए जिहड़ा भी आवे ना भैण भरा, इहनूं जल पाणी छकाई चलनी, आए भैण भरावां नूं जल पाणी छकाया जा रहा ते गुरु की परवाह ही कोई नहीं। जिस गुरु को आपां बहि के राजी उहदे कोल झा की करांगे, उहदे कोल की खटांगे, उहदे कोल रहमत की मिलेगी। मैं बेनती करा, मेरा अपना जाति विश्वास है, अखंड पाठ कराने ना कराने तुहाडी मौज है, पर सारी जिंदगी च किते एक सहज पाठ कराओ ते परिवार दे मैंबर सुनो, तुहाडा जीवन सफल हो जाए। जिहड़ा ग्रंथी सिंह नूं बेनती करो, बाबा जी साडी बेनती है, साडे कर्म चंगे ने, सानू अद्धा घंटा बाणी सुनाओ, साडे कोल बैठा नहीं जांदा,
ਅੱਧਾ ਘੰਟਾ ਸੁਣੋ ਭਾਵੇਂ ਮਹੀਨੇ ਵਿੱਚ ਪਾਠ ਹੋਵੇ, ਸਾਰੇ ਅੱਧ ਨਾਲ ਸੁਣੋ ਤਾਂ ਗੁਰਮੁਖੋ ਗੁਰੂ ਮਾਲਾ ਮਾਲ ਕਰ ਦੇਗਾ। ਅਸੀਂ ਤਾਂ ਗੁਰੂ ਕੋਲ ਬਹਿ ਕੇ ਰਾਜੀ ਨੇ, ਪੰਜ ਪੌੜੀਆਂ ਪੜ੍ਹਦਾ ਖੰਡ ਪਾਠੀ ਅਤੇ ਆਪਾਂ ਕਹਿੰਦੇ ਦੇਗ ਵਰਤਾ ਦਿਓ, ਅਸੀਂ ਤਾਂ ਜਪਜੀ ਸਾਹਿਬ ਦਾ ਪੂਰਾ ਪਾਠ ਸੁਣ ਕੇ ਰਾਜੀ ਨੇ, ਅਤੇ ਗੁਰੂ ਕੋਲ ਮਿਲੇਗਾ ਸਾਨੂੰ ਕੀ? ਜੇ ਕਦੇ ਜਪਜੀ ਸਾਹਿਬ ਪੂਰਾ ਪੜ੍ਹੇ ਨਾ ਗ੍ਰੰਥੀ ਤਾਂ ਸਾਨੂੰ ਤਾਪ ਚੜ੍ਹ ਜਾਂਦਾ ਵੀ ਬਾਬਾ ਲੇਟ ਕਰੀ ਜਾਂਦਾ, ਅਸੀਂ ਬਾਹਰ ਨੂੰ ਜਾਣਾ, ਗੁਰੂ ਸਾਡੇ 'ਤੇ ਕਿਤੇ ਕਿਰਪਾ ਕਰਦੇ। ਦੀਨ ਦੁਨੀਆਂ ਦੇ ਮਾਲਕ ਤੁਸੀਂ ਹਜ਼ੂਰ ਸਾਹਿਬ ਜਾਂਦੇ ਹੋ, ਜਿੱਥੇ ਨਿਸ਼ਾਨ ਸਾਹਿਬ ਲੱਗਾ ਨਾ, ਨਿਸ਼ਾਨ ਸਾਹਿਬ ਉਹ ਜਗ੍ਹਾ ਜਿੱਥੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਗੱਦੀ ਮਿਲੀ, ਅਤੇ ਅੱਜ ਤੋਂ 310 ਸਾਲ ਪਹਿਲਾਂ ਦੀ ਘਟਨਾ ਜੀ, ਅੱਜ ਗੁਰਪੁਰਬ ਜੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਗੱਦੀ ਦਾ। ਪੰਜ ਖੰਡ ਪਾਠੀ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਬਾਬਾ ਸੰਤੋਖ ਸਿੰਘ, ਬਾਬਾ ਹਰਾ ਸਿੰਘ, ਇਹਨਾਂ ਗੁਰੂ ਕੇ ਪੰਜ ਸਿੰਘਾਂ ਨੇ ਗੁਰਮੁਖੋ ਅਖੰਡ ਪਾਠ ਕੀਤਾ। ਜਦੋਂ ਇਸ਼ਨਾਨ ਦਾ ਟਾਈਮ ਆਉਂਦਾ ਤਾਂ ਬਾਜਾਂ ਵਾਲੇ ਇਸ਼ਨਾਨ ਕਰਦੇ ਨੇ, ਮੇਰੇ ਪਾਤਸ਼ਾਹ ਨੇ 48 ਘੰਟੇ ਕੁਛ ਛਕਿਆ ਨਹੀਂ, ਅਤੇ ਆਪਾਂ ਤਾਂ ਕਹਿੰਦੇ ਮਿੱਠਾ ਨਾ ਭਾਵੇਂ ਮਾੜੀ ਜਿਹੀ ਲੇਟ ਚਾਹ ਬਣਾ ਦਿਓ, ਮੇਰਾ ਸਰੀਰ ਸੁਸਤ ਹੈ। ਦੀਨ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਅਖੰਡ ਪਾਠ ਹੁੰਦਾ ਰਿਹਾ, ਕਲਗਾ ਵਾਲਾ ਕਲਗੀਧਰ ਬਾਪੂ ਕੋਲ ਬੈਠਾ ਰਿਹਾ, ਇਸ਼ਨਾਨ ਦੇ ਟਾਈਮ 'ਤੇ ਇਸ਼ਨਾਨ ਕਰਦੇ ਨੇ, ਜਿੱਦਣ ਭੋਗ ਪਿਆ, ਜਿੱਦਣ ਗੱਦੀ ਮਿਲੀ, ਉਦਣ ਹੁਕਮਨਾਮਾ ਸੀ ਖੁੱਲ੍ਹਿਆ ਕਰਮ ਕਿਰਪਾ ਪਈ ਠਾਕਰ। ਜੇ ਕੋਈ ਪੁੱਛੇ ਨਾ ਵੀ ਗਿਆਨੀ ਜੀ ਗੱਦੀ ਵਾਲੇ ਦਿਨ ਕਿਹੜਾ ਹੁਕਮਨਾਮਾ ਲੈਣਾ ਸੀ, ਇਹਦਾ ਜਵਾਬ ਇਹ ਜੇ, ਜਿੱਦਣ ਪ੍ਰਕਾਸ਼ ਕੀਤਾ ਹਰਿਮੰਦਰ ਸਾਹਿਬ ਉਦਣ ਹੁਕਮਨਾਮਾ ਆਇਆ ਸੀ, ਸੰਤਾਂ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਗੁਰੂ ਕਾ ਹੁਕਮਨਾਮਾ ਜਦੋਂ ਵੀ ਕਹਾਉਂਦਾ ਕੋਈ ਗੁਰਮੁਖੋ ਉਹ ਭਾਵ ਪੂਰਤ ਹੁੰਦਾ ਹੈ। ਜਿੱਦਣ ਇੰਦਰਾ ਗੱਡੀ ਚੜ੍ਹੀ ਸੀ ਨਾ 30 ਅਕਤੂਬਰ ਨੂੰ, ਉਦਣ ਦਰਬਾਰ ਸਾਹਿਬ ਤੋਂ ਮਨਾਇਆ ਸੀ ਜੋ ਜੋ ਦਿਸੇ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ, ਉਦਣ ਹੁਕਮਨਾਮਾ ਇਹ ਆਇਆ ਸੀ। ਭਾਵ ਗੁਰੂ ਕਾ ਬਚਨ ਜਦੋਂ ਉਹਦਾ ਉਹ ਅਟਲ ਹੁੰਦਾ ਹੈ। ਹੁਕਮਨਾਮਾ ਆਇਆ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ 5 ਪੈਸੇ ਨਾਰੀਅਲ ਰੱਖ ਕੇ ਅਤੇ ਮੱਥਾ ਟੇਕ ਕੇ ਆਖਿਆ, ਸਿੱਖੋ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਅਤੇ ਗੁਰੂ ਗ੍ਰੰਥ ਨੂੰ ਗੁਰੂ ਕਿਉਂ ਮੰਨਣਾ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋ ਚਾਹੇ ਖੋ ਸ਼ਬਦ ਮਿਲੇ। ਜਿਹਨਾਂ ਪਰਮਾਤਮਾ ਨੂੰ ਮਿਲਣਾ ਉਹ ਸ਼ਬਦ ਵਿੱਚੋਂ ਲੱਭੋ, ਪਰ ਦੁੱਖ ਨਾਲ ਕਹਿਣਾ ਪੈਂਦਾ। ਆਪਾਂ ਲੱਭਣ ਦੀ ਬਜਾਏ ਜੇ ਕਿਸੇ ਦੀ ਮੱਝ ਨਹੀਂ ਮਿਲੀ ਤਾਂ ਕਹਿੰਦੇ ਬਾਬਾ ਜੀ ਪੀੜਾ ਕਰਦੇ ਹੋ, ਜੇ ਕਿਸੇ ਬੀਬੀ ਦਾ ਬੱਚਾ ਦੁੱਧ ਨਹੀਂ ਚੁੰਘਦਾ ਤੇ ਕਹਿੰਦੇ ਬਾਬਾ ਜੀ ਥੌਲਾ ਕਰ ਦਿਓ। ਮੈਂ ਹੈਰਾਨ ਹਾਂ, ਮੈਂ ਹਜ਼ਾਰਾਂ ਗ੍ਰੰਥ ਪੜ੍ਹੇ ਪਰ ਮੈਨੂੰ ਕੱਟਾ ਪੋਥੀ ਅੱਜ ਤੱਕ ਨਹੀਂ ਜੀ ਲੱਭੀ, ਅਜੇ ਕੱਟਾ ਨਹੀਂ ਚੁੰਘਦਾ। ਹੈਰਾਨੀ ਦੀ ਗੱਲ, ਇਹ ਕੱਟਾ ਪੋਥੀ ਵੀ ਕੋਈ ਹੈ? ਰੱਬ ਦਾ ਵਾਸਤਾ, ਜੇ ਸਿਵਲ ਸੱਜਣ ਨੂੰ ਆਖਿਆ ਨਾ ਮੇਰੇ ਨਹੁੰ ਲਾ ਦੇ ਤੇ ਗੁਰਮੁਖੋ, ਉਹਦਾ ਅਪਮਾਨ ਹੈ। ਜਿਹੜਾ ਸਿਵਲ ਸੱਜਣ ਆ ਨਾ ਉਹਨੂੰ ਆਖੇ ਮੇਰੇ ਨਹੁੰ ਲਾ ਦੇ ਤੇ ਮੇਰਾ ਗੁਨਾਹ ਹੈ। ਇਹ ਦੀਨ ਦੁਨੀਆਂ ਦਾ ਮਾਲਕ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਇਹਨੂੰ ਕੱਟਿਆਂ ਅਤੇ ਵਛੀਆਂ ਦੀ ਅਰਦਾਸਾਂ ਨਾ ਕਰਿਆ ਕਰੋ। ਅਰਦਾਸ ਕਰਨੀ ਹੈ, ਅਰਦਾਸ ਕਰਿਆ ਕਰੋ, ਮੇਰੇ ਪਾਤਸ਼ਾਹ ਟੂਟੀ ਗੰਢਨ ਹਾਰ ਗੋਪਾਲ, ਅਰਦਾਸ ਕਰਨੀ ਅਤੇ ਆਖੋ ਮੇਰੇ ਪਾਤਸ਼ਾਹ ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ, ਅਤੇ ਗੱਲ ਬਣੇਗੀ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਕਿਰਪਾ ਕਰਨ। ਮੈਨੂੰ ਨਹੀਂ ਪਤਾ ਵੀ ਤੁਸੀਂ ਸੁਭਾਵਕ ਹੀ ਦਿਨ ਚੁਣਿਆ ਜਾਂ ਜਾਣ ਕੇ ਚੁਣਿਆ, ਪਰ ਅੱਜ ਦਾ ਦਿਹਾੜਾ ਇੱਕ ਬੜਾ ਅਹਿਮ ਦਿਹਾੜਾ ਹੈ, ਜਿਸ ਦਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਲਗੀਧਰ ਪਾਤਸ਼ਾਹ ਨੇ ਗੁਰਤਾ ਗੱਦੀ ਦਿੱਤੀ ਅਤੇ ਸਾਨੂੰ ਹੁਕਮ ਕੀਤਾ ਵੀ ਸਿੱਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਬਿਨਾਂ ਕਿਸੇ ਵਿਅਕਤੀ ਦੀ ਪੂਜਾ ਨਹੀਂ ਕਰਨੀ, ਕਿਉਂਕਿ ਬੰਦੇ ਕੀ ਜੋ ਲੇਵੇ ਓਟ, ਦੀਨ ਦੁਨੀ ਮੈਂ ਤਾਂ ਕੋ ਤੋਟ, ਸਤਿਗੁਰ ਸੱਚਾ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ। ਆਪਾਂ ਬੰਦਿਆਂ ਦੇ ਬੰਦੇ ਨਾ ਬਣੀਏ, ਆਪਾਂ ਕੇਵਲ ਅਤੇ ਕੇਵਲ ਗੁਰੂ ਦੇ ਸਿੱਖ ਬਣੀਏ, ਕਿਉਂਕਿ ਸਾਨੂੰ ਹਦਾਇਤ ਹੈ ਗੁਰੂ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਜਸਵੰਤ ਸਿੰਘ ਜੀ, ਗੱਲਾਂ ਜਿਹੜੀਆਂ ਸੱਚੀਆਂ ਨੇ ਗੁਰੂ ਕੇ ਪਿਆਰੇ, ਉਹ ਲੱਗਦੀਆਂ ਤਾਂ ਜ਼ਰੂਰ ਕੌੜੀਆਂ ਨੇ, ਪਰ ਜੇ ਅਸਰ ਹੋ ਜਾਓ ਤਾਂ ਜੀਵਨ ਜਿਹੜਾ ਉਹ ਵੀ ਸਫਲ ਹੋ ਜਾਓ। ਸੋ ਬਹੁਤ ਉਹਨਾਂ ਦਾ ਸਤਿਕਾਰ ਜੀ ਆਇਆ। ਆਉਣ ਵਾਲਾ ਜੱਥੇ ਸਾਡੇ ਇੱਥੋਂ ਭਾਈ ਮਾਲ ਸਿੰਘ ਜੀ ਚੰਡੀਗੜ੍ਹ ਵਾਲੇ ਤੁਹਾਡੇ ਦਰਮਿਆਨ ਪਹੁੰਚ ਗਏ ਨੇ।
ਆਓ ਬੜੇ ਪਿਆਰ ਦੇ ਸਤਿਕਾਰ ਦੇ ਨਾਲ ਉਹਨਾਂ ਦਾ ਪ੍ਰੋਗਰਾਮ ਸਰਵਣ ਕਰੀਏ। ਤੇ 9 ਵੱਜ ਚੁੱਕੇ ਨੇ, 10:30 ਵਜੇ ਤੱਕ ਉਹਨਾਂ ਦਾ ਟਾਈਮ ਹੈ। ਬੜੇ ਪਿਆਰ ਤੇ ਸਤਿਕਾਰ ਦੇ ਨਾਲ ਆਓ ਸਾਰੀਆਂ ਸੰਗਤਾਂ ਉਹਨਾਂ ਦੇ ਜਲ ਸਰਵਣ ਕਰੀਏ, ਆਪਣੇ ਜੀਵਨ ਦੀਆਂ ਸਫਲੀਆਂ ਘੜੀਆਂ ਨੂੰ ਸਫਲਾ ਬਣਾਈਏ। ਸੋ ਬੇਦ ਬੇਨਤੀ ਹੈ ਇੱਕ ਕਿ ਜੋ ਆਪ ਨਤਮਸਤਕ ਹੁੰਦੇ ਹੋ ਗੁਰੂ ਸਾਹਿਬਾਂ ਨੂੰ, ਉੱਥੇ ਭਾਈ ਰਣਜੀਤ ਸਿੰਘ ਜੀ ਨੇ ਇਤਿਹਾਸਿਕ ਕਿਤਾਬਾਂ ਰੱਖੀਆਂ ਹੋਈਆਂ ਨੇ, ਜਿਹੜੇ ਪੜ੍ਹਨਾ ਚਾਹੁੰਦੇ ਹੋਣ ਭਾਈ, ਜਿਨ੍ਹਾਂ ਦੇ ਮਨ ਵਿੱਚ ਭਾਵਨਾ ਹੋਵੇ ਉਹ ਕਿਤਾਬਾਂ ਲੈ ਸਕਦੇ ਨੇ। ਦੂਸਰੀ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਇਸ ਸਮਾਗਮ ਦੇ ਵਿੱਚ ਆਪਣੀ ਬਹੁਤ ਸਾਰੀ ਮਾਇਆ ਜਿਹੜੀ ਆ ਉਹ ਭੇਜੀ ਹੈ, ਉਹਨਾਂ ਨੂੰ ਬੇਨਤੀ ਹੈ ਕਿ ਉਹ ਇਹਨਾਂ ਤੋਂ ਉਪਰੰਤ ਉਹਨਾਂ ਨੂੰ ਸਨਮਾਨ ਕੀਤਾ ਜਾਣਾ ਹੈ। ਉਹ ਸਾਰੇ ਜਿਹੜੇ ਭਾਈ ਆਪਣੇ ਆਪਣੇ ਸਨਮਾਨ ਦਾ ਪਤਾ ਹੀ ਹੈ ਕਿ ਅਸੀਂ ਜੋ ਸੇਵਾ ਦਿੱਤੀ ਹੈ ਇਸ ਵਾਸਤੇ ਉਪਰੰਤ ਉਹਨਾਂ ਨੂੰ ਸਨਮਾਨ ਕਰਨਾ ਹੈ, ਤੋ ਬੇਨਤੀ ਨੂੰ ਪ੍ਰਵਾਨ ਕਰਨਾ। ਆਓ ਬੜੇ ਪਿਆਰ ਅਤੇ ਸਤਿਕਾਰ ਨਾਲ ਭਾਈ ਸਾਹਿਬ ਭਾਵੇਂ ਮਾਲ ਸਿੰਘ ਜੀ, ਜਿਨ੍ਹਾਂ ਦਾ ਜਥਾ ਚੰਡੀਗੜ੍ਹ ਤੋਂ ਤੁਹਾਡੇ ਦਰਮਿਆਨ ਸਨਮੁੱਖ ਹੈ, ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਉਹਨਾਂ ਦੇ ਪ੍ਰੋਗਰਾਮ ਸਰਵਣ ਕਰਕੇ ਆਪਣੇ ਜੀਵਨ ਦੀਆਂ ਕੁਛ ਘੜੀਆਂ ਨੂੰ ਸਫਲਾ ਬਣਾਈਏ। ਵਾਹਿਗੁਰੂ ਜੀ।